ਜਿਹੜੇ ਦੋਸ਼ ਦੇ ਦਿੰਦੇ ਆ ਕਈ ਵਾਰ ਹਾਲਾਤਾਂ ਨੂੰ, ਵੀ ਸਾਨੂੰ ਹਾਲਾਤ ਨਹੀਂ ਮਿਲੇ, ਸਾਨੂੰ ਕੋਈ ਰੁਜ਼ਗਾਰ ਨਹੀਂ ਮਿਲਿਆ, ਉਹਨਾਂ ਲਈ ਇੱਕ ਸੁਨੇਹਾ ਵੀ ਇਹ ਵੀ ਰੁਜ਼ਗਾਰ ਤੁਸੀਂ ਖੁਦ ਵੀ ਪੈਦਾ ਕਰ ਸਕਦੇ ਹੋ। ਜ਼ਰੂਰੀ ਨਹੀਂ ਕਿ ਤੁਸੀਂ ਕਿਸੇ ਦੇ ਅੰਡਰ ਜਾ ਕੇ ਲੱਗਣਾ, ਨੌਕਰ ਲੱਗਣਾ, ਤੁਸੀਂ ਮਾਲਕ ਬਣ ਕੇ ਵੀ ਬੈਠ ਸਕਦੇ ਹੋ। ਪਹਿਲਾਂ ਤਾਂ ਜਦੋਂ ਤੁਸੀਂ ਪੱਪੀ ਲੈਣਾ ਜੇ ਕਿਸੇ ਕੈਨਲ ਤੋਂ ਲੈਣਾ, ਉਹਦੇ ਕੋਲ ਉਹਦਾ ਪੇਪਰ ਵਰਕ ਦੇਖੋ, ਡੌਗ ਦੇ ਪੇਪਰ ਦੇਖੋ। ਅਤੇ ਉੱਦਾਂ ਹੀ ਕਹਿੰਦੇ ਆ ਲੋਕ ਸਾਡੇ ਕੋਲ ਇੰਪੋਰਟ ਆ ਜੀ, ਇੰਪੋਰਟ ਦੇ ਵਿੱਚ ਉਹ ਕਾਫੀ ਜ਼ਿਆਦਾ ਝੂਠ ਬੋਲਿਆ ਜਾ ਰਿਹਾ, ਕਿਉਂਕਿ ਉਹੀ ਤਾਂ ਹੀ ਕਹਿਣਾ ਵੀ ਅੱਜ ਗਾਲਾਂ ਬਹੁਤ ਪੈਣੀਆਂ ਨੇ ਜਿਹੜੇ ਇੱਦਾਂ ਦੇ ਬਰੀਡਰ ਨੇ ਜਾਂ ਡੌਗਸ ਵਾਂਗ ਨੋਰਮਲ ਡੌਗਸ ਵਾਂਗ ਜਾਂਦੇ ਨੇ। ਉੱਥੇ ਇੱਕ ਰਿੰਗ ਦੇ ਵਿੱਚ ਕੁੱਤਾ ਜਿੱਤ ਗਿਆ, ਉਹਦੀਆਂ ਟਰੋਫੀਆਂ ਸਾਰੀ ਜਗ੍ਹਾ ਸੂਆਂ 'ਤੇ ਲਿਆ ਕੇ ਸਾਡਾ ਕੁੱਤਾ ਫਲਾਨੇ ਜਗ੍ਹਾ ਤੋਂ ਜਿੱਤਿਆ ਹੋਇਆ, ਪਰ ਪੇਪਰ ਨਹੀਂ ਨਾ ਦਿਖਾਉਣੇ ਕਿਸੇ। ਬੜੀ ਚਰਚਾ ਵੀ ਹੁੰਦੀ ਰਹਿੰਦੀ ਆ, ਜਿਹੜੇ ਲੋਕ ਇਹ ਸੋਚਦੇ ਆ, ਜਿਹੜੇ ਪਸ਼ੂਆਂ ਨੂੰ ਪਿਆਰ ਕਰਦੇ ਆ, ਜਾਨਵਰਾਂ ਨੂੰ ਪਿਆਰ ਕਰਨ ਵਾਲੇ ਜਿਹੜੇ ਲੋਕ ਨੇ, ਉਹ ਸਵਾਲ ਵੀ ਖੜੇ ਕਰਦੇ ਆ ਕਿ ਜਿਹੜੇ ਬਰੀਡਰ ਨੇ ਉਹ ਬਰੀਡਿੰਗ ਕਰਾਉਂਦੇ ਰਹਿੰਦੇ ਆ, ਬਰੀਡਿੰਗ ਕਰਾਉਂਦੇ ਰਹਿੰਦੇ ਆ, ਅਖੀਰ 'ਚ ਜਦੋਂ ਡੌਗੀ ਦੀ ਹਾਲਤ ਬਹੁਤ ਮਾੜੀ ਹੋ ਜਾਂਦੀ ਹੈ ਅਤੇ ਉਸ ਤੋਂ ਬਾਅਦ ਉਹਨੂੰ ਘਰੋਂ ਬਾਹਰ ਕੱਢ ਦਿੰਦੇ ਆ। ਇਹ ਫਿਰ ਸਵਾਲ ਵੀ ਖੜਾ ਹੁੰਦਾ ਕਿ ਤੁਸੀਂ ਇਨਸਾਨ ਕਮਾਈ ਕਰਨ ਦੀ ਦੌੜ ਦੇ ਵਿੱਚ ਇੰਨਾ ਨਿਰਦਈ ਹੋ ਗਿਆ ਕਿ ਜਾਨਵਰਾਂ ਨੂੰ ਇੱਕ ਮਸ਼ੀਨ ਵਾਂਗ, ਬੱਚੇ ਪੈਦਾ ਕਰਨ ਵਾਲੀ ਮਸ਼ੀਨ ਵਾਂਗ ਯੂਜ਼ ਕਰਨ ਲੱਗ ਗਿਆ। ਸੱਚਾ ਗੱਲ ਇਹ ਬਈ, ਲੋਕ ਪਹਿਲਾਂ ਕਹਿੰਦੇ ਸੀ ਯਾਰ ਬਈ ਕਿਹੜੇ ਕੰਮਾਂ 'ਚ ਪੈ ਗਿਆ, ਔਰ ਕਹਿੰਦੇ ਹੋਣੇ ਆ ਵੀ ਜੱਟਾਂ ਦਾ ਮੁੰਡਾ ਹੈ, ਖੇਤੀਬਾੜੀ ਨੂੰ ਟੁੱਟ ਕੇ ਲੋਕ ਵਪਾਰ ਹੋਰ ਕਰਦੇ ਆ, ਤੂੰ ਕੁੱਤੇ ਕੰਮਾਂ 'ਚ ਪੈ। ਬਿਲਕੁਲ ਸਹੀ ਗੱਲ ਆ। ਬਹੁਤ ਵੱਡੀ ਮਾਣ ਦੀ ਗੱਲ ਆ, ਅੱਜ ਤੱਕ ਪੰਜਾਬ ਦੇ 3 ਐਸੇ ਜੱਜ ਨੇ ਜਿਹੜੇ ਬਾਹਰਲੇ ਕਿਸੇ ਫੋਰਨ ਕੰਟਰੀ ਵਿੱਚ ਜੱਜਿੰਗ ਕਰਕੇ ਆਏ। ਇੱਕ ਤਾਂ ਤੁਸੀਂ, ਹਾਂ ਤੀਸਰਾ ਨੰਬਰ ਮੇਰਾ ਕਹਿ ਲਓ, ਬਹੁਤ ਛੋਟੀ ਏਜ ਦੇ ਵਿੱਚ। ਦੀਪੇ, ਹੋਰ ਕਿਹੜੀ ਕਿਹੜੀ ਚੀਜ਼ ਆ ਜਿਹੜੀ ਇਸ ਵਪਾਰ ਨੇ ਤੁਹਾਨੂੰ ਦਿੱਤੀ ਹੈ? ਦੇਖੋ ਜੀ, ਮੈਨੂੰ ਸਭ ਤੋਂ ਪਹਿਲਾਂ ਇਸ ਵਪਾਰ ਨੇ ਬੜੀ ਇੱਜ਼ਤ ਦਿੱਤੀ ਆ। ਕਹਿ ਲਓ ਵੀ ਪੈਸਾ ਤਾਂ ਬੰਦਾ ਹਰ ਕਮਾਉਣਾ, ਪਰ ਮੈਂ ਇਹ ਮੇਰੇ ਵਰਕ ਹੀ ਆ ਇਹ, ਜੋ ਮੈਂ ਇਹ ਕਮਾਇਆ, ਦੁਨੀਆਂ ਦੇ ਵਿੱਚ ਨਾਮ ਕਮਾਇਆ। ਅੱਛਾ, ਜਿਹੜੀ ਤੁਸੀਂ ਚਿੱਪ ਕਹਿੰਦੇ ਹੋ ਡੌਗੀ ਦੇ ਲੱਗ ਜਾਂਦੀ ਹੈ, ਉਹਦਾ ਕੀ ਫੰਕਸ਼ਨ ਹੈ? ਉਹਦਾ ਫੰਕਸ਼ਨ ਇਹੀ ਆ ਜੀ, ਜਦੋਂ ਨਾ ਤੁਸੀਂ ਮੰਨ ਲਓ ਡੌਗਸ ਉਹਦੇ ਵਿੱਚ ਡੌਗ ਜਾਂਦਾ, ਉਹ ਸਕੈਨ ਹੁੰਦਾ, ਉੱਤੇ ਸਕੈਨ ਕਰਕੇ ਦੇਖਦੇ ਆ ਵੀ ਡੌਗ ਉਹੀ ਆ, ਓਰੀਜਨਲ ਆ ਇਹ। ਅੱਛਾ, ਕੁੱਤੇ ਤੋਂ ਸਕੈਨ ਹੁੰਦਾ ਉਹ? ਹਾਂ, ਕੁੱਤੇ ਤੋਂ ਸਕੈਨ ਹੁੰਦਾ, ਉਹ ਸਕੈਨਰ ਦੇ ਕੁੱਤੇ ਦੇ ਜਿਹੜਾ ਅੰਦਰ ਚਿੱਪ ਪਾਈ ਹੋਈ ਆ ਉਹਨੂੰ ਸਕੈਨ ਕਰ, ਉਹ ਸਕੈਨ ਕਰ ਲੈਣਾ ਉਹਨੇ। ਓਕੇ, ਉਹ ਨੰਬਰ ਜਿਹੜਾ ਨੰਬਰ ਹੈਗਾ ਉਹ ਰਿਹਾ, ਝੂਠ ਨਹੀਂ ਬੋਲ ਸਕਦਾ, ਜਿਹੜਾ ਰੌਲਾ ਪਿਆ ਹੋਇਆ ਵੀ ਜਿਹੜੇ ਝੂਠ ਬੋਲ ਕੇ ਆਪਦੇ ਵੱਧ ਪੈਸੇ ਕਮਾਉਣ ਲਈ ਜਾਲੀ ਬਰੀਡਾਂ ਵੇਚ ਕੇ ਚਲੇ ਜਾਂਦੇ ਆ, ਚਲੇ ਉਹਨੂੰ ਰੋਕਣ ਵਾਸਤੇ ਇਹ ਚਿੱਪ ਲਾਉਣੀ ਪੈ ਰਹੀ ਹੈ। ਅੱਜ ਕੱਲ੍ਹ ਦੇ ਨੌਜਵਾਨ ਲਗਾ ਲਓ, ਉਹਨਾਂ ਦਾ ਕੰਮ ਵੱਲ ਇੰਟਰਸਟ ਹੈ ਨਹੀਂ, ਵਿਹਲੇ ਫਿਰਨਗੇ ਜੀ, ਨਸ਼ੇ ਪੱਤਿਆਂ ਵੱਲ ਉਹਨਾਂ ਦਾ ਬੜਾ ਧਿਆਨ। ਤੁਸੀਂ ਕਿਸੇ ਵੀ ਕੰਮ ਨੂੰ ਆਪਣੇ ਦਿਲ ਨੂੰ ਲਗਾ ਲਓ, ਕਿਸੇ ਗੇਮ ਨੂੰ ਲਗਾ ਲਓ, ਤੁਸੀਂ ਉਸ ਮਾੜੀਆਂ ਆਦਤਾਂ ਤੋਂ ਦੂਰ ਹੋ ਜਾਓ। ਸਤਿ ਸ਼੍ਰੀ ਅਕਾਲ ਦੋਸਤੋ, ਸਮੇਂ ਦੀ ਆਵਾਜ਼ ਰੇਡੀਓ ਸਪਾਈਸ 'ਤੇ ਮੈਂ ਕਰਮ ਸੇਖਾ ਇੱਕ ਵਾਰ ਫਿਰ ਤੋਂ ਤੁਹਾਡਾ ਸਵਾਗਤ ਕਰਦਾ। ਦੋਸਤੋ, ਪਿਛਲੀ ਵੀਡੀਓ 'ਚ ਆਪਾਂ ਘੋੜਿਆਂ ਦੇ ਸਰਦਾਰਾਂ ਨਾਲ ਵੀਡੀਓ ਕੀਤੀ ਸੀ, ਗੱਲਾਂ ਕੀਤੀਆਂ ਸੀ ਘੋੜਿਆਂ ਬਾਰੇ। ਪਰ ਇੱਕ ਇਹੋ ਜਿਹਾ ਨੌਜਵਾਨ, ਪਿੰਡ ਦਾ ਨੌਜਵਾਨ ਜਿਹੜਾ ਪਲੱਸ 2 ਪਾਸ ਸੀ, ਕਿਵੇਂ ਪਲੱਸ 2 ਪਾਸ ਕਰਕੇ ਉਹ ਜੱਜ ਬਣ ਗਿਆ, ਇਹ ਵੀ ਇੱਕ ਦਿਲਚਸਪ ਕਹਾਣੀ ਆ। ਅੱਜ ਦੀ ਵੀਡੀਓ ਦੇ ਵਿੱਚ ਆਪਾਂ ਇਹੀ ਗੱਲਬਾਤ ਕਰਾਂਗੇ। ਸਾਡੇ ਨਾਲ ਗੁਰਦੀਪ ਮਾਨ ਮੌਜੂਦ ਨੇ, ਜਿਨ੍ਹਾਂ ਨੇ ਆਪਣੀ ਜ਼ਿੰਦਗੀ ਦੇ ਵਿੱਚ ਇੱਕ ਬਿਜ਼ਨਸ ਨੂੰ ਚੁਣਿਆ। ਸ਼ੁਰੂ ਦੇ ਵਿੱਚ ਲੋਕ ਦੱਸਦੇ ਨੇ
ਕਿ ਕਹਿੰਦੇ ਸੀ ਵੀ ਦੀਪਿਆ ਕਿਹੜੇ ਕੁੱਤੇ ਕੰਮਾਂ 'ਚ ਪੈ ਗਿਆ, ਪਰ ਉਹੀ ਕੰਮਾਂ ਨੇ, ਉਹੀ ਕਿਰਤ ਨੇ। ਜਿਵੇਂ ਕਿਹਾ ਜਾਂਦਾ ਵੀ ਜਿਹੜੇ ਕੰਮ ਦੀ ਪੂਜਾ ਕਰਨ ਲੱਗ ਜਾਓ, ਜਿਹੜੇ ਕੰਮ ਦੇ ਵਿੱਚ ਤੁਸੀਂ ਆਪਦੀ ਜ਼ਿਆਦਾ ਮਿਹਨਤ ਲਾਉਣੀ ਸ਼ੁਰੂ ਕਰ ਦਿਓ, ਉਹਦੇ ਵਿੱਚੋਂ ਹੀ ਤੁਸੀਂ ਕੁਛ ਨਾ ਕੁਛ ਪ੍ਰਾਪਤ ਕਰਕੇ ਨਿਕਲਦੇ ਹੋ। ਜਿਵੇਂ ਇੱਕ ਬਜ਼ੁਰਗ ਕਹਿੰਦੇ ਹੁੰਦੇ ਸੀ ਵੀ ਜੇ ਪੱਥਰ ਨੂੰ ਵੀ ਪੂਜਣ ਲੱਗ ਜਾਈਏ ਤਾਂ ਪੱਥਰ ਦੇ ਵਿੱਚੋਂ ਵੀ ਰੱਬ ਪਾਇਆ ਜਾਂਦਾ। ਸੋ ਇਹੋ ਜਿਹੀ ਇੱਕ ਕਹਾਣੀ ਆ ਗੁਰਦੀਪ ਮਾਨ ਦੀ, ਜਿਨ੍ਹਾਂ ਨੇ ਜ਼ਿੰਦਗੀ ਬਹੁਤ ਛੋਟੇ ਕੰਮ ਤੋਂ ਸ਼ੁਰੂ ਕੀਤੀ, ਛੋਟੇ ਜਿਹੇ ਵਪਾਰ ਤੋਂ ਸ਼ੁਰੂ ਕੀਤੀ, ਅੱਜ ਕਿਸ ਮੁਕਾਮ 'ਤੇ ਨੇ ਕਿ ਬਾਹਰਲੇ ਦੇਸ਼ਾਂ ਤੱਕ ਐਜ਼ ਆ ਜੱਜ ਬਣ ਕੇ ਜਾਂਦੇ ਨੇ। ਉਹ ਕੰਮ ਸੀ ਕੁੱਤਿਆਂ ਦੇ ਵਪਾਰ ਦਾ, ਕੁੱਤਿਆਂ ਦੇ ਪਾਲਣ ਪੋਸ਼ਣ ਦਾ, ਉਹਨਾਂ ਦੇ ਵਪਾਰ ਦਾ, ਕਿੱਦਾਂ ਕੁੱਤਿਆਂ ਦਾ ਪਿਆਰ ਇੱਕ ਵਪਾਰ ਬਣ ਗਿਆ, ਆਪਾਂ ਗੱਲ ਕਰਾਂਗੇ। ਸਤਿ ਸ਼੍ਰੀ ਅਕਾਲ ਜੀ ਮਾਨ। ਸਤਿ ਸ਼੍ਰੀ ਅਕਾਲ। ਪਹਿਲਾਂ ਤਾਂ ਮੇਰੇ ਵੱਲੋਂ ਸਾਰੇ ਤੁਹਾਡੇ ਸਰੋਤਿਆਂ ਨੂੰ, ਤੁਹਾਡੇ ਟੀਵੀ ਨੂੰ ਦੇਖ ਰਹੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਹਾਂਜੀ ਹਾਂਜੀ ਮਾਨ ਸਾਹਿਬ, ਜਿੱਦਾਂ ਆਪਾਂ ਦੇਖ ਰਹੇ ਹਾਂ ਪਿੱਛੇ ਕਿੰਨੀਆਂ ਟਰੋਫੀਆਂ, ਸਾਰਾ ਜਿਹੜੀ ਗੈਲਰੀ ਹੈ ਤੁਹਾਡੀ, ਇਹ ਡਰਾਇੰਗ ਹਾਲ ਹੈ, ਉਹ ਟਰੋਫੀਆਂ ਨਾਲ ਭਰਿਆ ਪਿਆ। ਅਸੀਂ ਜਾਣਨਾ ਚਾਹਾਂਗੇ ਜਿਵੇਂ ਕਿ ਇਹ ਸਫ਼ਰ ਆ ਜਿਹੜਾ ਤੁਹਾਡਾ ਕੁੱਤੇ ਪਾਲਣ ਦੇ ਸ਼ੌਕ ਦਾ, ਕੁੱਤਿਆਂ ਦੀ ਬਰੀਡ ਨੂੰ ਅੱਗੇ ਡਿਵੈਲਪ ਕਰਨ ਦਾ, ਇਹ ਕਦੋਂ ਸ਼ੁਰੂ ਹੋਇਆ ਅਤੇ ਕਿਹੜੇ ਕਿਹੜੇ ਪੜਾਵਾਂ 'ਚੋਂ ਲੰਘਦਾ ਹੋਇਆ ਇੱਥੇ ਆਇਆ? ਜੀ ਪਹਿਲਾਂ ਦੇਖੋ, ਇਹ ਜਿਹੜਾ ਕੰਮ ਆ, ਪਰਮਾਤਮਾ ਕਹਿੰਦੇ ਹੁੰਦੇ ਆ, ਲੋਕ ਕਹਿੰਦੇ ਆ ਪਰਮਾਤਮਾ ਤੋਂ ਵੀ ਆਪਾਂ ਆਸ ਲਾਉਂਦੇ ਹਾਂ ਵੀ ਪਰਮਾਤਮਾ ਮੈਨੂੰ ਅੱਗੇ ਵਧਾਈ। ਹਰ ਵੇਲੇ ਆਪਾਂ ਲੋਕਾਂ ਤੋਂ ਸੁਣਦੇ ਹਾਂ ਗੱਲਾਂ ਵੀ ਜਿਸ ਕੰਮ ਵਿੱਚ ਆਪਾਂ ਪੈ ਜਾਈਏ ਨਾ ਕਰਮ ਜੀ, ਇੱਦਾਂ ਹੁੰਦਾ ਵੀ ਜਿਸ ਕੰਮ ਨੂੰ ਆਪਾਂ ਮੰਨ ਲਓ ਦਿਲੋਂ ਚਾਹੁਣ ਲੱਗ ਜਾਈਏ ਜਾਂ ਦਿਲੋਂ ਕੰਮ ਨੂੰ ਕਰਨ ਲੱਗ ਜਾਈਏ ਤਾਂ ਪਰਮਾਤਮਾ ਕਿਸੇ ਨਾ ਕਿਸੇ ਦਿਨ ਤੁਹਾਨੂੰ ਫਲ ਦਿੰਦਾ ਹੀ ਹੈਗਾ। ਇਸੇ ਤਰ੍ਹਾਂ ਮੇਰੀ ਇੱਕ ਕਹਾਣੀ ਹੈਗੀ ਹੈ ਛੋਟੀ ਜੀ। ਦਾਦਾ ਜੀ ਨੂੰ ਸ਼ੌਕ ਸੀਗਾ ਬਲਦਾਂ ਦਾ, ਉਹ ਬਲਦਾਂ ਦੀਆਂ ਕਹਿ ਲਓ ਜਿਵੇਂ ਪਿੰਡਾਂ ਦੇ ਵਿੱਚ ਆਪਣੇ ਨਾ ਦੌੜਾਂ ਹੁੰਦੀਆਂ ਸੀਗੀਆਂ, ਉਹਨਾਂ ਨੂੰ ਸ਼ੌਕ ਉਹਨਾਂ ਦਾ ਸੀਗਾ। ਮੈਂ ਉਹਨਾਂ ਦੇ ਨਾਲ ਜਾਂਦਾ ਹੁੰਦਾ ਸੀ ਬਚਪਨ ਤੋਂ, ਛੋਟਾ ਹੁੰਦਾ, ਕਿਉਂਕਿ ਦਾਦਾ ਜੀ ਨਾਲ ਬਹੁਤ ਪ੍ਰੇਮ ਸੀ ਮੇਰਾ, ਦਾਦਾ ਜੀ ਨਾਲ ਹੀ ਸਟਾਰਟਿੰਗ ਤੋਂ ਉਹਨਾਂ ਦੇ ਨਾਲ ਹੀ ਰਹਿੰਦਾ ਸੀ ਜ਼ਿਆਦਾ। ਉਹਨਾਂ ਦੇ ਨਾਲ ਜਾਣ ਦੇ ਬਾਵਜੂਦ ਮੈਨੂੰ ਸ਼ੌਕ ਦਿਲੋਂ ਸੀਗਾ ਡੌਗੀਜ਼ ਨਾਲ, ਕੁੱਤਿਆਂ ਨਾਲ। ਛੋਟਾ ਛੋਟਾ ਹੁੰਦਾ, ਮੈਂ ਛੋਟਾ ਪੱਪੀ ਕੋਈ ਬਾਹਰੋਂ ਫਿਰਦਾ ਘਰੇ ਚੱਕ ਲਿਆਉਣਾ, ਚਲੋ ਘਰਦਿਆਂ ਨੇ ਕਹਿਣਾ ਇਹਨੂੰ ਕਿਉਂ ਚੱਕ ਲਿਆ, ਇਹਨੂੰ ਮਾਂ ਤੋਂ, ਛੋਟਾ ਜਿਹਾ ਹੁੰਦਾ ਸੀ ਮਾਂ ਤੋਂ ਬਕ ਕਰਦੇ ਨੇ ਵੀ ਕਿਉਂ ਚੱਕ ਲਿਆ, ਚਲੋ ਛੱਡ ਆਉਣਾ। ਘਰ ਦੇ ਵਿੱਚ ਡੌਗੀ ਪਹਿਲਾਂ ਤੋਂ ਹੀ ਸੀ, ਤਿਬਤਨ ਮੈਸਟਿਫ ਜਿਹਨਾਂ ਨੂੰ ਆਪਾਂ ਪੁਰਾਣੇ ਗੱਦੀ ਕਹਿ ਦਿੰਦੇ ਹਾਂ, ਵੱਡੇ ਗੱਦੀ, ਪਹਾੜੀ ਗੱਦੀ ਕਹਿ ਦਿੰਦੇ ਹਾਂ, ਉਹ ਪਹਿਲਾਂ ਤੋਂ ਘਰੇ ਹੁੰਦੇ ਸੀ ਸਾਡੇ, ਦਾਦਾ ਜੀ ਰੱਖਦੇ ਸੀ ਨਾਲ ਬਲਦਾਂ ਦੇ। ਅਤੇ ਮੈਨੂੰ ਥੋੜ੍ਹਾ ਥੋੜ੍ਹਾ ਜਿਵੇਂ ਇੰਟਰਸਟ ਦਿਲੋਂ ਪਿਆਰ ਸੀ ਡੌਗੀਜ਼ ਦੇ ਨਾਲ, ਮੈਂ ਚਲੋ ਕਿਸੇ ਟਾਈਮ ਮੈਨੂੰ ਇੱਕ ਛੋਟਾ ਜਿਹਾ ਹੋਰ ਡੌਗੀ ਚਿੱਟਾ ਗੱਦੀ ਜਿਹਨੂੰ ਕਹਿ ਦਿੰਦੇ ਹਾਂ ਆਪਾਂ ਪਮੇਰੀਅਨ, ਉਹ ਲੈਤਾ ਕਰਦਿਆਂ ਨੇ। ਉਸ ਤੋਂ ਬਾਅਦ ਮੈਂ ਥੋੜ੍ਹਾ ਜਿਹਾ ਹੋਰ ਦਿਲੋਂ ਕੀਤਾ ਵੀ ਇਸ ਨੂੰ ਕਿਉਂ ਨਾ ਹੋਰ ਵਧੀਆ ਤਰੀਕੇ ਨਾਲ ਕੀਤਾ ਜਾਵੇ। ਚਲੋ ਦਾਦਾ ਜੀ ਨਾਲ ਜਾ ਕੇ ਇੱਕ ਮੈਂ ਤਿਬਤਨ ਮੈਸਟਿਫ ਡੌਗ ਲਿਆ, ਚਲੋ ਜੀ ਬੜਾ ਵਧੀਆ ਪਾਲਣ ਪੋਸ਼ਣ ਕੀਤਾ। ਇੱਦਾਂ ਹੀ ਮੈਨੂੰ ਪਤਾ ਲੱਗਣ ਲੱਗਿਆ ਇੱਕ ਡੌਗ ਵੀ, ਡੌਗਸ ਉਹ ਵੀ ਹੁੰਦੇ ਆ ਜਦੋਂ ਨਾ ਕੋਈ ਦਿਲਚਸਪੀ ਤੁਹਾਡੇ ਦਿਲ ਦੇ ਵਿੱਚ ਹੋਵੇ ਕਿਸੇ ਗੱਲ ਨੂੰ ਲੈ ਕੇ ਜਾਂ ਕਿਸੇ ਕੰਮ ਨੂੰ ਲੈ ਕੇ, ਤੁਹਾਨੂੰ ਆਟੋਮੈਟਿਕਲੀ ਉਸ ਵੱਲ ਧਿਆਨ ਜ਼ਿਆਦਾ ਜਾਣ ਲੱਗ ਜਾਂਦਾ। ਚਲੋ ਪਲੱਸ ਟੂ ਪਾਸ ਕੀਤੀ ਮੈਂ BA ਦੇ ਵਿੱਚ ਐਡਮਿਸ਼ਨ ਲਈ ਗੌਰਮੈਂਟ ਕਾਲਜ ਦੇ ਵਿੱਚ। ਚਲੋ ਜ਼ਿਆਦਾ ਪੜ੍ਹਾਈ ਵੱਲ ਧਿਆਨ ਨਹੀਂ ਸੀਗਾ, ਕੰਮ ਡੌਗੀਜ਼ ਵੱਲ, ਕੁੱਤਿਆਂ ਦੇ ਕੰਮ ਵੱਲ ਜ਼ਿਆਦਾ ਹੋ ਗਿਆ ਇੰਟਰਸਟ ਹੁੰਦਾ ਆਪਣਾ ਆਪਣਾ, ਤੁਹਾਡਾ ਇੰਟਰਸਟ ਉੱਧਰ ਕੁੱਤਿਆਂ ਦੇ ਪਾਲਣ ਪੋਸ਼ਣ 'ਚ ਵੱਧ ਸੀ, ਉਹਨਾਂ ਦਾ ਪਿਆਰ ਸੀ ਤੁਹਾਨੂੰ ਜੀ। ਫਿਰ ਮੈਨੂੰ ਪਤਾ ਲੱਗਣ ਲੱਗ ਗਿਆ ਵੀ ਡੌਗਸ ਉਹ ਹੁੰਦੇ ਆ। ਚਲੋ ਜੀ 2003 ਦੀ ਗੱਲ ਆ, ਮੈਂ ਜਲੰਧਰ ਡੌਗਸ ਉਹ ਦੇਖਣ ਚਲਾ ਗਿਆ,
ਪਹਿਲਾਂ ਸੋਚਿਆ ਵੀ ਡੋਗ ਵੀ ਨਾਲ ਲੈ ਜਾਂਦੇ ਹਾਂ, ਚਲੋ ਪਹਿਲਾਂ ਮੈਂ ਕਿਹਾ ਵੀ ਇੱਕ ਵਾਰ ਦੇਖਿਆ ਜੀ ਵੀ ਡੋਗਸ 'ਚ ਹੁੰਦਾ ਕੀ ਆ, ਵੀ ਆਪਾਂ ਇੱਦਾਂ ਹੀ ਲੈ ਜੀ, ਆਪਾਂ ਨੂੰ ਨਹੀਂ ਪਤਾ ਸੀ। ਮੇਰਾ ਸਾਥੀ ਕਹਿੰਦਾ ਵੀ ਨਹੀਂ ਆਪਾਂ ਲੈ ਚੱਲਦੇ ਹਾਂ। ਚਲੋ ਜੀ ਅਸੀਂ ਲੈ ਗਏ, ਸਾਨੂੰ ਨਾ ਤਾਂ ਉੱਥੇ ਐਂਟਰੀ ਕਰਾਉਣ ਦਾ ਪਤਾ, ਪੁੱਛਿਆ ਕਰਿਆ ਜਦ ਨੂੰ ਕਹਿੰਦੇ ਵੀ ਤੁਹਾਡੇ ਤਾਂ ਟਰਨ ਲੰਘ ਗਈ। ਚਲੋ ਜੀ ਅਸੀਂ ਵਾਪਸ ਆ ਗਏ। ਫਿਰ ਮੈਂ ਮਲੌਤ ਤੋਂ, ਲੱਖਾ ਮਲੌਤ ਹਰਦੀਪ ਸਿੰਘ ਨਾਂ ਉਹਨਾਂ ਦਾ, ਉਹਨਾਂ ਦੇ ਸੰਪਰਕ 'ਚ ਆਇਆ। ਉਹਨਾਂ ਨੇ ਫਿਰ ਮੈਨੂੰ ਡਿਟੇਲ 'ਚ ਦੱਸਿਆ ਵੀ ਡੋਗ ਸੋ ਲਈ ਤੁਹਾਨੂੰ ਕੀ ਕਰਨਾ ਚਾਹੀਦਾ। ਫਿਰ ਮੈਂ ਉਸ ਵੱਲ ਥੋੜ੍ਹਾ ਧਿਆਨ ਦਿੱਤਾ, ਫਿਰ ਡੋਗ ਸੋ 'ਤੇ ਜਾਣ ਲੱਗਿਆ। ਪਹਿਲਾਂ ਕਾਫੀ ਸਾਰੇ ਸੋਜ਼ ਹੁੰਦੇ ਸੀਗੇ, ਪਹੁੰਚਣਾ, ਪਹੁੰਚ ਕੇ ਚਲੋ ਡੋਗ ਨਹੀਂ ਜਿੱਤਦਾ ਸੀ, ਨਿਰਾਸ਼ ਹੋ ਕੇ ਮੁੜੇ ਆਉਣਾ। ਚਲੋ ਫਿਰ ਵੀ ਨਿਰਾਸ਼ਾ ਨਹੀਂ ਸੀ, ਇੱਕ ਖੁਸ਼ੀ ਸੀ ਵੀ ਹਾਂ ਵੀ ਅਸੀਂ ਪਾਰਟੀਸਪੇਟ ਕੀਤਾ। ਕਈ ਵਾਰ ਨਾ ਕੀ ਹੁੰਦਾ, ਤੁਹਾਡੀ ਜਿੱਤ ਤਾਂ ਤੁਹਾਨੂੰ ਖੁਸ਼ੀ ਹੁੰਦੀ ਹੁੰਦੀ ਆ, ਜਦੋਂ ਨਾ ਕਿਸੇ ਤੁਸੀਂ ਦੂਜੇ ਦੀ ਜਿੱਤ ਦੇ ਵਿੱਚ ਆਪਣੀ ਖੁਸ਼ੀ ਮਨਾਉਣ ਲੱਗ ਜਾਓ, ਤਾਂ ਸਮਝ ਲਓ ਤੁਸੀਂ ਕਿਸੇ ਟਾਈਮ ਨੂੰ ਉਸਦੀ ਉਹ ਖੁਸ਼ੀ ਤੁਸੀਂ ਆਪ ਵੀ ਮਹਿਸੂਸ ਕਰੋਗੇ। ਇਸ ਤਰ੍ਹਾਂ ਮੇਰਾ ਥੋੜ੍ਹਾ ਥੋੜ੍ਹਾ ਕਹਿ ਲਓ ਵੀ ਅੱਗੇ ਵੱਲ ਵੱਧਦਾ ਗਿਆ ਸਫ਼ਰ। ਜਦੋਂ ਕੋਈ ਡੋਗ ਸ਼ੋਅ ਦੇ ਉੱਤੇ ਜਿੱਤ ਕੇ ਆਉਂਦਾ ਸੀ ਤਾਂ ਤੁਹਾਨੂੰ ਉਹਦੀ ਖੁਸ਼ੀ ਮਹਿਸੂਸ ਹੁੰਦੀ ਸੀ ਵੀ ਇਹਨੇ ਕਿੰਨਾ ਇਹਨੂੰ ਖੁਸ਼ੀ ਹੋ ਰਹੀ ਹੋਣੀ ਹੈ ਜਦੋਂ ਇਹਦਾ ਕੁੱਤਾ ਜਿੱਤ ਗਿਆ। ਬਿਲਕੁਲ, ਦੂਸਰੇ ਦੀ ਜਿੱਤ ਦੀ ਖੁਸ਼ੀ 'ਚ ਮੈਂ ਆਪਣੀ ਖੁਸ਼ੀ ਦੇਖਦਾ ਹੁੰਦਾ ਸੀ ਵੀ ਇਹ ਬੰਦੇ ਦਾ ਡੋਗੀ ਜਿੱਤਿਆ, ਖੁਸ਼ੀ ਮੈਨੂੰ ਹੋਣੀ, ਹਾਲਾਂਕਿ ਮੇਰਾ ਡੋਗੀ ਉੱਥੇ ਹਾਰ ਗਿਆ। ਚਲੋ ਮੈਨੂੰ ਉਸ ਤਰ੍ਹਾਂ ਬਰੀਡ ਦਵਾਈਜ਼ ਨਹੀਂ ਪਤਾ ਸੀ ਵੀ ਬਰੀਡ ਦੇ ਵਿੱਚ ਕੀ ਹੁੰਦਾ, ਕਿਉਂਕਿ ਉਸ ਟਾਈਮ ਇੱਦਾਂ ਦਾ ਸੀ, ਨਹੀਂ ਇੰਨੀ ਨੌਲੇਜ ਸੀਗੀ। ਫਿਰ ਉਸ ਤੋਂ ਬਾਅਦ ਸਟੱਡੀ ਕਰਨੀ ਸਟਾਰਟ ਕੀਤੀ ਡੋਗਸ ਦੇ ਉੱਪਰ। ਫਿਰ ਮੈਂ ਇੱਕ ਮੈਗਜ਼ੀਨ ਲਵਾਇਆ ਕੈਨਲ ਕਲੱਬ ਆਫ ਇੰਡੀਆ ਦਾ, ਜਿਹੜਾ ਕਿ ਮੇਰੇ ਕੋਲ ਲਗਭਗ 18 ਸਾਲ ਹੋ ਗਏ ਉਹ ਮੈਗਜ਼ੀਨ ਆਉਂਦੇ ਨੂੰ। ਹਰੇਕ ਮਹੀਨੇ ਉਹ ਇੱਕ ਮੈਗਜ਼ੀਨ ਆਉਂਦਾ, ਉਹਦੇ ਵਿੱਚ ਹਲੇ ਹਰੇਕ ਬਰੀਡ ਦਾ, ਡਿਫਰੈਂਟ ਡਿਫਰੈਂਟ ਬਰੀਡ ਦਾ ਹਰ ਮਹੀਨੇ ਤੁਹਾਨੂੰ ਲਿਟਰੇਚਰ ਪੜ੍ਹਨ ਨੂੰ ਮਿਲੂਗਾ। ਫਿਰ ਮੈਂ ਉਹਨਾਂ ਦੇ ਪੜ੍ਹਨਾ ਸਟਾਰਟ ਕੀਤਾ। ਇੱਕ ਮੈਂ ਹੋਰ ਗੱਲ ਦੱਸਾਂ ਤੁਹਾਨੂੰ ਤੁਹਾਡੇ ਟੀਵੀ ਦੇ ਰਾਹੀਂ, ਇੱਕ ਜਿੱਦਾਂ ਨਾ ਪਹਿਲਾਂ ਵਿਵਾਦ ਉੱਠਿਆ ਸੀਗਾ ਘੋੜਿਆਂ ਦਾ, ਬਈ ਘੋੜਿਆਂ ਵਾਲੇ ਝੂਠ ਬਹੁਤ ਬੋਲਦੇ ਨੇ, ਸ਼ੌਂਕੀ ਸਰਦਾਰ ਨੇ ਜਿਹੜਾ ਗੱਲਾਂ ਕੀਤੀਆਂ ਸੀਗੀਆਂ ਉਹ ਮੈਂ ਅੱਜ ਤੁਹਾਡੇ, ਹਾਲਾਂਕਿ ਕਮੈਂਟਾਂ ਵਿੱਚ ਗਾਲਾਂ ਤੁਹਾਨੂੰ ਤੇ ਮੈਨੂੰ ਵੀ ਬਹੁਤ ਪੈਣੀਆਂ ਨੇ ਅੱਜ, ਇਹਨਾਂ ਦਾ ਮੈਂ ਸੱਚ ਸਾਹਮਣੇ ਰੱਖੂੰਗਾ, ਸੱਚ ਰੱਖੂੰਗਾ ਸਬੂਤਾਂ ਦੇ ਆਧਾਰ ਤੇ। ਇਸ ਡੋਗ ਲਾਈਨ ਦੇ ਵਿੱਚ ਨਾ ਝੂਠ ਹੇਜ ਵੀ ਬਹੁਤ ਬੋਲਦੇ ਨੇ ਯਾਰ, ਵਾਕਈ ਬਹੁਤ ਜ਼ਿਆਦਾ, ਪਰ ਲੋਕਾਂ ਨੂੰ ਇਹਦੇ ਵਿੱਚ ਅਵੇਅਰ ਹੋਣ ਦੀ ਲੋੜ ਆ ਥੋੜ੍ਹੀ। ਬਹੁਤ ਸਾਰੇ ਬਰੀਡਰਸ ਅੱਜ ਮੈਨੂੰ ਗਾਲਾਂ ਵੀ ਕੱਢਣਗੇ, ਕਮੈਂਟ ਲਿਖਣਗੇ ਤੁਹਾਡੇ ਚੈਨਲ ਦੇ ਰਾਹੀਂ। ਬਹੁਤ ਬਰੀਡਰ ਨਾ ਇਸ ਗੇਮ ਦੇ ਵਿੱਚ ਵੀ ਝੂਠ ਬਹੁਤ ਬੋਲਦੇ ਨੇ, ਉਹ 'ਚ ਕਾਰਨ ਕੀ ਆ, ਬਹੁਤ ਲੋਕ ਅੱਗੇ ਵੱਲ ਵਧਣ ਨੂੰ ਚਾਹੁੰਦੇ ਆ ਜਲਦੀ। ਜਦੋਂ ਕੋਈ ਪੱਪੀ ਵੇਚਦੇ ਨੇ ਜਾਂ ਸੇਲ ਕਰਦੇ ਨੇ, ਉਹਦੇ ਮਦਰ ਫਾਦਰ ਡਿਫਰੈਂਸ ਦੱਸਣਗੇ, ਅਲੱਗ ਤੋਂ ਦੱਸਣਗੇ, ਅਤੇ ਉਹ ਨਿਕਲਦਾ ਬਾਅਦ 'ਚ ਕੁਛ ਹੋਰ ਆ। ਜਿੱਦਾਂ ਸੇਮ ਘੋੜਿਆਂ ਵਾਲਿਆਂ 'ਤੇ ਸਵਾਲ ਖੜਾ ਹੋਇਆ ਸੀ ਵੀ ਬਲੱਡ ਲਾਈਨ ਕੋਈ ਹੋਰ ਹੁੰਦੀ ਆ, ਦੱਸਦੇ ਕੁਛ ਹੋਰ ਹੈ, ਸੇਮ ਚੀਜ਼ ਇਸ ਧੰਦੇ 'ਚ ਵੀ ਹੋ ਰਹੀ ਹੈ। ਹਾਂ, ਜਿੱਦਾਂ ਕਿ ਇਸ ਧੰਦੇ ਵਿੱਚ ਇੰਪੋਰਟ ਦਾ ਲੇਵਲ ਬਹੁਤ ਵੱਡਾ ਮੰਨਿਆ ਜਾਂਦਾ, ਇੰਪੋਰਟ ਹਰ ਬੰਦਾ ਕਹਿੰਦਾ ਜੀ ਮੇਰੇ ਕੋਲ ਇੰਪੋਰਟ ਡੋਗ ਆ, ਇੰਪੋਰਟਡ ਹੈ, ਇੰਪੋਰਟਡ ਆ, ਫਲਾਨੀ ਕੰਟਰੀ 'ਚੋਂ ਮੰਗਾਇਆ ਜੀ, ਤਿੰਕੀ ਕੰਟਰੀ 'ਚੋਂ ਮੰਗਾਇਆ। ਪਰ ਲੋਕ ਕੀ ਕਰਦੇ ਆ, ਜਿਹੜੇ ਕਿ ਡੋਗ ਲਵਰ ਹੁੰਦੇ ਆ ਵੀ ਬੱਚਾ ਲੈਣਾ ਆਪਾਂ ਇਸ ਬਰੀਡਰ ਤੋਂ ਜਿਹੜਾ ਕਿ ਕਹਿੰਦਾ ਇੰਪੋਰਟ ਹੈ, ਪਰ ਉਹਦਾ ਪੇਪਰ ਵਰਕ ਕੋਈ ਨਹੀਂ ਦੇਖਦਾ, ਨਾ ਉਹਦੀ ਬਲੱਡ ਲਾਈਨ ਵਾਲੇ ਜਾਣੂਗਾ, ਨਾ ਪ੍ਰੋਪਰ ਸਰਟੀਫਿਕੇਟ ਹੁੰਦਾ। ਸਰਟੀਫਿਕੇਟ ਹੁੰਦਾ, ਉਹ ਤੁਹਾਨੂੰ ਮੈਂ ਦਿਖਾਣਾ, ਕਿਉਂਕਿ ਲਿਟਰੇਚਰ ਪੜ੍ਹਨਾ ਅਤੇ ਉਹਦੇ 'ਤੇ ਵਰਕ ਕਰਨਾ, ਸਿੱਖਣਾ ਉਹਦੇ ਤੋਂ, ਇਹ ਜਿਹੜੇ ਹੈਗੇ ਨੇ ਪੇਪਰ
ਗ੍ਰੀਨ ਕਲਰ ਦੇ ਵਿੱਚ, ਹਾਂਜੀ, ਬਰੀਡ ਇਨ ਇੰਡੀਆ ਨੀਚੇ ਲਿਖਿਆ ਹੋਇਆ ਨਾ, ਆਹ ਡੀਪ ਸੀ ਲਿਖਿਆ ਹੋਇਆ, ਇਹ ਮੇਰੇ ਕੈਨਲ ਦਾ ਨਾਂ। ਅੱਛਾ, ਮੈਂ ਰਜਿਸਟਰਡ ਕਰਵਾਇਆ ਸੀ ਕੈਨਲ ਆਪਣਾ, ਕੈਨਲ ਕਲੱਬ ਆਫ ਇੰਡੀਆ ਦੀ ਤਰਫ। ਅੱਛਾ ਜੀ, ਜੋ ਕਿ ਆਪਣੇ ਜਿਹੜਾ ਮੈਗਜ਼ੀਨ ਤੁਸੀਂ ਲਵਾਇਆ ਸੀ ਉਹਨਾਂ ਦਾ ਹੀ ਸਰਟੀਫਿਕੇਟ, ਉਹਨਾਂ ਦਾ ਹੀ ਸਰਟੀਫਿਕੇਟ, ਹਰ ਡੌਗ ਦਾ, ਇਹ ਡੌਗ ਦੇ ਸਰਟੀਫਿਕੇਟ ਸਾਡੇ ਦਰਸ਼ਕਾਂ ਨੂੰ। ਅੱਛਾ, ਡੌਗ ਦਾ ਇਸ ਤਰੀਕੇ ਨਾਲ ਸਰਟੀਫਿਕੇਟ, ਡੌਗ ਦੇ ਸਰਟੀਫਿਕੇਟ ਹੁੰਦੇ ਆ ਇਹ, ਤੇ ਇਹਦੇ ਨਾਲ ਹੁੰਦੀ ਹੈ ਜੀ ਮਾਈਕਰੋਚਿਪ, ਇਹ ਮਾਈਕਰੋਚਿਪ ਹੁੰਦੀ ਆ। ਅੱਛਾ ਜੀ, ਇਹਦੇ ਵਿੱਚ ਕਣਕ ਦੇ ਦਾਣੇ ਤੋਂ ਛੋਟਾ ਕਹਿ ਲਓ ਵੀ ਚਿੱਪ ਦੀ ਤਰ੍ਹਾਂ ਹੁੰਦਾ, ਜਿਹਦੇ ਵਿੱਚ ਇਹ ਅੱਖਰ ਦਾ ਸਕੈਨ ਹੋ ਜਾਂਦੇ ਆ, ਉਹ ਸਕੈਨਰ ਸਕੈਨ ਹੋ ਜਾਂਦਾ, ਸਕੈਨਰ ਤੋਂ ਡੌਗ ਦੇ ਵਿੱਚ ਇੰਜੈਕਟ ਹੋ ਜਾਂਦਾ। ਬਾਰਕੋਡ ਲੱਗਿਆ ਹੋਇਆ, ਯਾਨੀ ਕਿ ਬਾਰਕੋਡ ਤੋਂ ਸਕੈਨ ਕਰਕੇ ਉਹ ਡੌਗ ਦੀ ਪੂਰੀ ਡਿਟੇਲ ਆ ਜਿਹੜੀ ਉਹ ਸਾਨੂੰ, ਸੋਰੀ, ਹਾਂਜੀ, ਬਾਰਕੋਡ ਨਹੀਂ, ਇਹ ਜਿਹੜਾ ਇੰਜੈਕਸ਼ਨ ਆ ਡੌਗ ਦੇ ਇੰਜੈਕਟ ਹੋ ਜਾਂਦਾ। ਅੱਛਾ ਜੀ, ਇੰਜੈਕਟ ਹੋ ਜਾਂਦਾ, ਹਾਂ, ਉਹਦੇ ਬਿਲਕੁਲ ਦੋਵੇਂ ਜੋੜੇ ਬਾਜ਼ੂ ਨੇ ਨਾ ਉਹਦੇ ਉੱਪਰ ਇੰਜੈਕਸ਼ਨ ਆਏ। ਅੱਛਾ ਜੀ, ਤੁਹਾਨੂੰ ਕੱਢ ਕੇ ਦਿਖਾ ਦੇਣਾ, ਇਹ ਚ ਇੰਜੈਕਸ਼ਨ ਆ, ਇਹ ਇੰਜੈਕਸ਼ਨ ਦੀ ਤਰ੍ਹਾਂ। ਅੱਛਾ, ਇਹਦੇ ਵਿੱਚ ਇੱਕ ਛੋਟਾ ਜਿਹਾ ਕਣਕ ਦੇ ਦਾਣੇ ਤੋਂ ਵੀ ਛੋਟਾ ਚਿੱਪ ਦੀ ਤਰ੍ਹਾਂ ਕਹਿ ਸਕਦੇ ਲੱਗੀ ਹੋਈ ਹੈ। ਅੱਛਾ ਜੀ, ਸੇਮ ਉਦਾਂ ਹੀ ਹੋਗਾ। ਅੱਛਾ ਜੀ, ਇਹ ਇੰਜੈਕਟ ਹੋ ਜਾਣਾ ਡੌਗ ਦੀ, ਡੌਗ ਚ ਇੰਜੈਕਟ ਹੋ ਜਾਣਾ। ਹਾਂ, ਇਹ ਕਰਾਉਣਾ ਵੈਸੇ ਡਾਕਟਰ ਤੋਂ ਚਾਹੀਦਾ, ਜੋ ਸਿੱਖਿਆ ਹੋਇਆ ਉਹ ਤੋਂ ਆਪ ਕਰ ਲੈਂਦਾ, ਤੁਸੀਂ ਕਰ ਲੈਂਦੇ। ਹਾਂਜੀ, ਫਿਰ ਉਸ ਤੋਂ ਬਾਅਦ ਇਹ ਸਕੈਨਰ, ਇੱਕ ਸਕੈਨਰ ਆਉਂਦਾ, ਉਹ ਵੀ ਤੁਹਾਨੂੰ ਕੈਨਲ ਕਲੱਬ ਆਫ ਇੰਡੀਆ ਦੀ ਤਰਫ ਤੋਂ ਮਿਲ ਜੂ ਜੇ ਤੁਸੀਂ ਪਰਚੇਜ ਕਰਨਾ। ਫਿਰ ਉਹ ਸਕੈਨ ਕਰਕੇ ਤੁਸੀਂ ਜਿਹੜੇ ਇਹ ਹਰ ਡੌਗ ਦੀ ਆਪਣੀ ਆਪਣੀ ਚਿੱਪ ਹੋਏਗੀ, ਨਾਮ ਹੋ ਗਿਆ ਤਾਰਾ, ਡੀਪ ਸੀ ਤਾਰਾ ਬੰਡਰਫੁੱਲ, ਉਸ ਤੋਂ ਬਾਅਦ ਮਾਈਕਰੋਚਿਪ ਨੰਬਰ। ਫਿਰ ਇਹ ਸਕੈਨ ਕਰਕੇ ਤੁਸੀਂ ਦੇਖ ਲਓਗੇ ਇਹ ਡੌਗ ਦੇ ਪੇਪਰ ਓਰਿਜਿਨਲ ਨੇ, ਉਹ ਡੌਗ ਓਰਿਜਿਨਲ ਆ, ਇਹਦੀ ਪੱਪੀ ਦੀ ਮਦਰ ਓਰਿਜਿਨਲ ਆ। ਉਸ ਤੋਂ ਬਾਅਦ ਆਪਣੇ ਆਉਣਗੇ ਬਰੀਡ ਇਨ ਇੰਡੀਆ, ਵੀ ਇੰਡੀਆ ਦੇ ਪੇਪਰ ਨੇ। ਹੁਣ ਤੁਹਾਨੂੰ ਮੈਂ ਦਿਖਾਉਣਾ ਇੰਪੋਰਟ ਦੇ, ਪਹਿਲਾਂ ਗ੍ਰੀਨ ਕਲਰ ਇੰਡੀਆ ਦੇ ਪੇਪਰ ਆ ਗਏ, ਜਿੰਨੇ ਵੀ ਇੰਪੋਰਟ ਡੌਗ ਆਉਣਗੇ ਉਹਨਾਂ ਦੇ ਪੇਪਰ ਰੈੱਡ ਹੋਣਗੇ, ਰੈੱਡ ਹੋਣਗੇ ਇਸ ਤਰ੍ਹਾਂ ਕਲਰ। ਹਰ ਲੋਕੀ ਆਪਣੇ ਕਹਿ ਦਿੰਦੇ ਆ ਵੀ ਮੇਰੇ ਕੋਲ ਕੁੱਤਾ ਇੰਪੋਰਟ ਆ ਜੀ, ਪਹਿਲਾਂ ਤਾਂ ਉਹ ਝੂਠ ਬੋਲਦੇ ਨੇ। ਉਹਦੇ ਵਿੱਚ ਬਹੁਤ ਸਾਰੇ ਕਸਟਮਰ ਦੇਖਦੇ ਆ ਵੀ ਇੰਪੋਰਟ ਆ ਜੀ, ਪੱਪੀ ਲੈ ਲਿਆ, ਪਰ ਉਹ ਇਹ ਨਹੀਂ ਦੇਖਦੇ ਵੀ ਇੰਪੋਰਟ ਸੱਚਮੁੱਚ ਇੰਪੋਰਟ ਆ ਜਾਂ ਨਹੀਂ ਇੰਪੋਰਟ। ਉਹਦੇ ਵਿੱਚ ਆਹ ਥੱਲੇ ਨੀਚੇ ਦੇਖੋ ਕੀ ਲਿਖਿਆ, ਆਸਟ੍ਰੇਲੀਆ। ਅੱਛਾ, ਆਸਟ੍ਰੇਲੀਆ ਤੋਂ ਇੰਪੋਰਟ ਕੀਤਾ ਹੈ, ਆਸਟ੍ਰੇਲੀਆ ਤੋਂ ਇੰਪੋਰਟ ਕੀਤਾ। ਇਹ ਬਰੀਡਰ ਆ ਲੀ ਗਿਬਸਨ। ਅੱਛਾ, ਜਿਹੜੀ ਤੁਸੀਂ ਚਿੱਪ ਕਹਿੰਦੇ ਹੋ ਡੌਗੀ ਦੇ ਲੱਗ ਜਾਂਦੀ ਹੈ, ਉਹਦੇ ਦਾ ਉਹਦਾ ਕੀ ਫੰਕਸ਼ਨ ਹੈ? ਉਹਦਾ ਫੰਕਸ਼ਨ ਇਹੀ ਆ ਜੀ, ਜਦੋਂ ਨਾ ਤੁਸੀਂ ਮੰਨ ਲਓ ਡੌਗਸ ਉਹਦੇ ਵਿੱਚ ਡੌਗ ਜਾਂਦਾ, ਉਹ ਸਕੈਨ ਹੁੰਦਾ, ਉੱਤੇ ਸਕੈਨ ਕਰਕੇ ਦੇਖਦੇ ਆ ਵੀ ਡੌਗ ਉਹੀ ਆ ਓਰਿਜਿਨਲ ਆ ਇਹ। ਅੱਛਾ, ਕੁੱਤੇ ਤੋਂ ਸਕੈਨ ਹੁੰਦਾ ਉਹ? ਹਾਂ, ਕੁੱਤੇ ਤੋਂ ਸਕੈਨ ਹੁੰਦਾ, ਉਹ ਸਕੈਨਰ ਉਹਦੇ ਕੁੱਤੇ ਦੇ ਜਿਹੜਾ ਅੰਦਰ ਚਿੱਪ ਪਾਈ ਹੈ ਉਹਨੂੰ ਸਕੈਨ ਕਰ, ਉਹ ਸਕੈਨ ਕਰ ਲੈਣਾ ਉਹਨੇ। ਓਕੇ, ਉਹ ਨੰਬਰ ਜਿਹੜਾ ਨੰਬਰ ਹੈਗਾ ਉਹ ਯਾਰ ਝੂਠ ਨਹੀਂ ਬੋਲ ਸਕਦਾ, ਜਿਹੜਾ ਰੌਲਾ ਪਿਆ ਹੈ ਵੀ ਜਿਹੜੇ ਝੂਠ ਬੋਲ ਕੇ ਆਪਦੇ ਵੱਧ ਪੈਸੇ ਕਮਾਉਣ ਲਈ ਜਾਲੀ ਬਰੀਡਾਂ ਵੇਚ ਕੇ ਚਲੇ ਜਾਂਦੇ ਆ, ਚਲੇ ਜਾਂਦੇ, ਉਹਨੂੰ ਰੋਕਣ ਵਾਸਤੇ ਇਹ ਚਿੱਪ ਲਾਉਣੀ ਪੈ ਰਹੀ ਹੈ। ਹਰ ਡੌਗ, ਹਰ ਪੱਪੀ ਦੀ, ਹਰ ਜੋ ਕੈਨਲ ਜਿਹੜਾ ਵੀ ਰਜਿਸਟਰਡ ਹੋਏਗਾ ਜਾਂ ਆਪਣੇ ਡੌਗ ਨੂੰ ਆਪਣੇ ਪੱਪੀਜ਼ ਨੂੰ ਰਜਿਸਟਰਡ ਕਰਵਾਉਣਾ ਕਰਵਾਉਂਦੇ ਨੇ ਕੈਨਲ ਕਲੱਬ ਆਫ ਇੰਡੀਆ ਦੀ ਤਰਫ ਤੋਂ, ਉਹ ਹਰ ਡੌਗ ਨੂੰ ਇੱਕ ਮਾਈਕ ਚਿੱਪ ਭੇਜਦੇ ਆ, ਉਹ ਇੰਜੈਕਟ ਹੋ ਜਾਂਦੀ ਆ, ਉਹ ਸਕੈਨ ਕਰਕੇ ਦੇਖ ਸਕਦੇ ਨੇ ਡੌਗਸ ਉਹਦੇ ਵਿੱਚ ਬਈ ਓਰਿਜਿਨਲ ਪੇਪਰ ਉਸੇ ਡੌਗ ਦੇ ਆ। ਬਹੁਤ ਸਾਰੇ ਲੋਕ ਕਹਿੰਦੇ ਆ ਸਾਡੇ ਕੋਲ ਇੰਪੋਰਟ ਨੇ ਜਿੱਦਾਂ ਬਈ ਉਹਦੇ ਪੇਪਰ ਕਲਰ ਡਿਫਰੈਂਟ ਹੋਏਗਾ। ਪਹਿਲਾਂ ਤਾਂ ਜਦੋਂ ਤੁਸੀਂ ਪੱਪੀ ਲੈਣਾ ਜੇ ਕਿਸੇ ਕੈਨਲ ਤੋਂ ਲੈਣਾ ਉਹਦੇ ਕੋਲ ਉਹਦਾ ਪੇਪਰ ਵਰਕ ਦੇਖੋ, ਡੌਗ ਦੇ ਪੇਪਰ ਦੇਖੋ, ਅਤੇ ਉੱਦਾਂ ਹੀ ਕਹਿੰਦੇ ਆ ਲੋਕ ਸਾਡੇ ਕੋਲ ਇੰਪੋਰਟ ਆ ਜੀ,
ਇੰਪੋਰਟ ਦੇ ਬੱਚੇ, ਉਹ ਕਾਫੀ ਜ਼ਿਆਦਾ ਝੂਠ ਬੋਲਿਆ ਜਾ ਰਿਹਾ। ਅੱਛਾ ਦੀਪੇ, ਇਹ ਜਿਹੜੀ ਚਿੱਪ ਲਾਉਣ ਵਾਲਾ ਸਿਸਟਮ ਤੁਸੀਂ ਦੱਸ ਰਹੇ ਹੋ, ਇਹ ਇੱਕ ਪ੍ਰੂਫ ਵੀ ਹੈ ਵੀ ਵਾਕਈ ਵੀ ਚੋਰੀ ਹੁੰਦੀ ਸੀ, ਝੂਠ ਬੋਲਿਆ ਜਾਂਦਾ ਸੀ, ਝੂਠ ਬੋਲ ਕੇ ਕੁੱਤਿਆਂ ਨੂੰ ਵੇਚਿਆ ਜਾਂਦਾ ਸੀ, ਇਸੇ ਲਈ ਫਿਰ ਇਹਨਾਂ ਨੂੰ ਕਦਮ ਚੱਕਣਾ ਪਿਆ। ਇਸੇ ਲਈ ਕੈਨਲ ਕਲੱਬ ਆਫ ਇੰਡੀਆ ਨੂੰ ਕਦਮ ਚੱਕਿਆ ਗਿਆ ਵੀ ਓਰਿਜਨਲ ਪੇਰੈਂਟਸ ਹੈਗੇ ਨੇ ਇਸ ਪੱਪੀ ਦੇ, ਉਹਦੀ ਬਲੱਡ ਲਾਈਨ ਟੋਟਲੀ ਮਦਰ ਫਾਦਰ, ਉਹਦੇ ਦਾਦਾ ਦਾਦੀ, ਉਹਦੇ ਗਾਹਾਂ ਦਾਦਾ ਦੇ 4 ਤੋਂ 8 ਪੀੜ੍ਹੀਆਂ ਦਾ ਇਹਦੇ ਉੱਪਰ ਬਾਇਓਡਾਟਾ ਆ ਜਾਂਦਾ। ਉਹ ਤੁਸੀਂ ਚਿੱਪ ਦੇ ਰਾਹੀਂ ਉਹਨੂੰ ਸਕੈਨ ਕਰਕੇ ਉਹਦੇ ਪੇਪਰਾਂ ਦਾ ਤੁਸੀਂ ਪੂਰਾ ਚੈੱਕ ਕਰ ਸਕਦੇ। ਜਿੱਦਾਂ ਕਿ ਹੋਰ ਬਹੁਤ ਝੂਠ ਬੋਲਦੇ ਨੇ ਇਹਦੇ ਵਿੱਚ, ਜਿੱਦਾਂ ਕਿ ਆਪਣੇ ਨਾ ਨੋਰਮ ਪੈਟਸੋਜ ਹੁੰਦੇ ਆ, ਡੋਗ ਜਿੱਤ ਗਿਆ ਜੀ, 100 ਤੇ ਕੁੱਤਾ ਜਿੱਤ ਗਿਆ ਅਗਲੇ ਦਾ, ਉਹ ਕਹਿਣਗੇ ਜੀ ਸਾਡਾ ਕੁੱਤਾ ਚੈਂਪੀਅਨ ਆ, ਫੋਟੋਆਂ ਦਿਖਾ ਦੇਣੀਆਂ, ਟਰੋਫੀਆਂ ਦਿਖਾ ਦੇਣੀਆਂ। ਹੁਣ ਆ ਮੇਰੇ ਪਿੱਛੇ ਬੈਗ 'ਤੇ ਟਰੋਫੀਆਂ ਪਈਆਂ ਨੇ, ਚਲੋ ਮੈਂ ਟਰੋਫੀਆਂ ਖਰੀਦ ਕੇ ਵੀ ਲਿਆ ਸਕਦਾ, ਬਣਵਾ ਵੀ ਸਕਦਾ, ਪਰ ਜਿਹੜੇ ਸਰਟੀਫਿਕੇਟ ਉੱਥੇ ਲਿਖਿਆ ਹੋਊ ਚੈਂਪੀਅਨ, ਸੀ ਐੱਚ ਦਾ ਮਤਲਬ ਚੈਂਪੀਅਨ, ਇਹ ਜਦੋਂ ਪੇਪਰਾਂ ਦੇ ਵਿੱਚ ਅੱਗੇ ਆ ਗਿਆ ਉਹਦੇ ਨਾਂ ਦੇ ਅੱਗੇ, ਇਹ ਤਾਂ ਨਹੀਂ ਝੂਠ ਬੋਲਣਗੇ, ਨਾ ਕਿਤੋਂ ਇਹ ਬਣਨੇ ਆ, ਜਾਅਲੀ ਪੇਪਰ ਬਣਾ ਨਹੀਂ ਸਕਦੇ। ਕਿਉਂਕਿ ਉਹੀ ਤਾਂ ਹੀ ਕਹਿਣਾ ਵੀ ਅੱਜ ਗਾਲਾਂ ਬਹੁਤ ਪੈਣੀਆਂ ਨੇ ਜਿਹੜੇ ਇੱਦਾਂ ਦੇ ਬਰੀਡਰ ਨੇ ਜਾਂ ਡੋਗਸੋਆਂ ਦੇ ਨੋਰਮਲ ਡੋਗਸੋਆਂ ਦੇ ਜਾਂਦੇ ਨੇ, ਉੱਥੇ ਇੱਕ ਰਿੰਗ ਦੇ ਵਿੱਚ ਕੁੱਤਾ ਜਿੱਤ ਗਿਆ, ਉਹਦੀਆਂ ਟਰੋਫੀਆਂ ਸਾਰੀ ਜਗ੍ਹਾ ਸੋਆਂ 'ਤੇ ਲਿਜਾ ਕੇ ਸਾਡਾ ਕੁੱਤਾ ਫਲਾਨੇ ਜਗ੍ਹਾ ਤੋਂ ਜਿੱਤਿਆ ਹੋਇਆ, ਪਰ ਪੇਪਰ ਨਹੀਂ ਨਾ ਦਿਖਾਉਣੇ ਕਿਸੇ ਨੇ, ਚੈਂਪੀਅਨ ਡੀਪ ਸੀ ਰੀਅਲ ਮਾਈਨ ਉਹ ਨਹੀਂ ਨਾ ਲਿਖਿਆ ਦਿਖਾਉਣਾ ਕਿਸੇ ਨੇ। ਸੱਚਾ ਗੱਲ ਇਹ ਬਈ ਲੋਕ ਪਹਿਲਾਂ ਕਹਿੰਦੇ ਸੀ ਯਾਰ ਬਈ ਕਿਹੜੇ ਕੰਮਾਂ 'ਚ ਪੈ ਗਿਆ, ਔਰ ਕਹਿੰਦੇ ਹੋਣੇ ਆ ਵੀ ਜੱਟਾਂ ਦਾ ਮੁੰਡਾ ਹੈ, ਖੇਤੀਬਾੜੀ ਨੂੰ ਟੁੱਟ ਕੇ ਲੋਕ ਵਪਾਰ ਹੋਰ ਕਰਦੇ ਆ, ਤੂੰ ਕੁੱਤੇ ਕੰਮਾਂ 'ਚ ਪੈ। ਬਿਲਕੁਲ ਸਹੀ ਗੱਲ ਆ। ਹੁਣ ਪਹਿਲਾਂ ਤੋਂ ਮੇਰੇ ਪਰਿਵਾਰ, ਮੇਰੇ ਬਜ਼ੁਰਗ ਖੇਤੀਬਾੜੀ ਨਾਲ ਸੰਬੰਧ ਰੱਖਦੇ ਆ, ਖੇਤੀਬਾੜੀ ਮਿਹਨਤੀ ਕਰਨ ਵਾਲੇ ਇਨਸਾਨ, ਮੈਂ ਮੰਨ ਲਓ ਵੀ ਉਹਨਾਂ ਦੇ ਨਾਲ ਖੇਤੀਬਾੜੀ ਕਰਨਾ ਸੀ, ਮੈਂ ਆਪਣੇ ਘਰ ਤੋਂ ਖੇਤ ਤੋਂ ਘਰੇ ਜਾਂ ਮਲੌ ਚਲਾ ਗਿਆ, ਘੁੱਪ ਚਲਾ ਗਿਆ, ਵੱਧ ਤੋਂ ਵੱਧ ਲੁਧਿਆਣੇ ਚਲਾ ਗਿਆ, ਮੈਂ ਕਿਸੇ ਕੰਮ ਨੂੰ ਆਪਣੇ ਲੜ ਲਾਇਆ, ਉਹਨੇ ਮੈਨੂੰ ਵਿਦੇਸ਼ਾਂ ਦੀ ਸੈਰ ਕਰਵਾਤੀ ਉਸ ਕੰਮ ਨੇ। ਮੈਂ ਵਿਦੇਸ਼ਾਂ ਵਿੱਚ ਜਾ ਕੇ ਆਪਣੇ ਡੋਗ ਵੀ ਲਿਆ ਕੇ ਉੱਥੇ ਡੋਗ ਸੋ ਦੇ ਵਿੱਚ ਵਿਨ ਕਰਵਾ ਕੇ ਲੈ ਕੇ ਆਇਆ, ਜਿਤਾ ਕੇ ਲੈ ਕੇ ਆਇਆ। ਫਿਰ ਉਸ ਤੋਂ ਬਾਅਦ ਹੁਣ 2016 ਤੋਂ ਲੈ ਕੇ ਕਾਫੀ ਜ਼ਿਆਦਾ ਮੈਂ ਹੋਰ ਹਾਰਡ ਵਰਕ ਕੀਤਾ, ਜਿਹਦੇ ਵਿੱਚ 2016 ਤੋਂ ਮੈਂ ਜਿਸ ਵੀ ਡੋਗ ਸੋ 'ਤੇ ਜਾਂਦਾ ਸੀ ਮੈਂ ਲਾਈਨ ਅਪ ਤੋਂ ਬਿਨਾਂ ਘਰੇ ਨਹੀਂ ਆਉਂਦਾ ਸੀ। ਲਾਈਨ ਅਪ ਮੰਨ ਲਓ ਵੀ ਇੱਕ ਡੋਗ ਸੋ ਹੁੰਦਾ, ਉਹਦੇ ਵਿੱਚ ਘੱਟੋ ਘੱਟ 200 ਤੋਂ 300 ਡੋਗ ਐਂਟਰ ਹੁੰਦਾ, 10 ਗਰੁੱਪ ਹੁੰਦੇ ਆ, ਇੱਕ ਗਰੁੱਪ ਦੇ ਵਿੱਚ ਕੈਟਾਗਰੀ ਬਰੀਡ ਕੈਟਾਗਰੀ ਦੇ ਅਕੋਰਡਿੰਗ 4 ਤੋਂ ਲੈ ਕੇ 8 ਗਰੁੱਪ ਹੁੰਦੇ ਆ, ਅਲੱਗ ਅਲੱਗ ਲੈਬਰੇਡੋਰ ਹੋ ਗਿਆ, ਰਿਟਰੀਵਰ ਹੋ ਗਿਆ, ਡਿਫਰੈਂਟ ਡਿਫਰੈਂਟ ਬਰੀਡਸ, ਪੂਰੇ 100 ਦੇ ਵਿੱਚੋਂ 8 ਕੁੱਤੇ ਜਿੱਤਣੇ ਹੁੰਦੇ ਆ, ਪੂਰੀ ਕਰੀਮ 8 ਦੀ ਹੁੰਦੀ ਆ, ਉਹਦੇ ਵਿੱਚੋਂ ਮੈਂ 8 ਦੇ ਵਿੱਚੋਂ ਵੀ ਪਹਿਲੇ ਨੰਬਰ ਹਾਸਲ ਕੀਤੇ ਆ, ਮਤਲਬ 300 ਕੁੱਤੇ ਦੇ ਵਿੱਚ ਪਾਰਟੀਸਪੇਟ ਕਰਕੇ ਉਹਨਾਂ ਨੂੰ ਹਰਾ ਕੇ। ਪਹਿਲਾਂ 2016 ਤੋਂ ਮੈਂ ਹਰ ਡੋਗ ਸੋ ਤੋਂ ਲਾਈਨ ਅਪ ਲੈ ਕੇ ਆਉਂਦਾ ਸੀ ਡਿਫਰੈਂਟ ਡਿਫਰੈਂਟ ਬਰੀਡ ਦੇ ਵਿੱਚ। ਉਸ ਤੋਂ ਬਾਅਦ ਪਹਿਲਾਂ ਮੈਨੂੰ ਡੋਗ ਜਜਿੰਗ ਕਰਨ ਦਾ ਮੌਕਾ ਮਿਲਿਆ 25 ਦਸੰਬਰ 2022 ਦੇ ਵਿੱਚ, ਰਾਏਪੁਰ ਛੱਤੀਸਗੜ੍ਹ ਦੇ ਵਿੱਚ। ਅੱਛਾ ਜੀ, ਉੱਥੇ ਚਲੋ ਪਹਿਲੀ ਮੇਰੀ ਆਊਟਿੰਗ ਸੀਗੀ, ਉੱਥੇ ਉਹਨਾਂ ਦੇ ਕਹਿਣ ਦੇ ਅਕੋਰਡਿੰਗ, ਮੇਰੇ ਕੋਲ ਵੀਡੀਓ ਹੈਗੀਆਂ, ਪ੍ਰੂਫਸ ਹੈਗੇ ਉਹਨਾਂ ਦੇ ਕਹਿਣ ਦੇ ਅਕੋਰਡਿੰਗ ਵੀ ਅਸੀਂ 30 ਸਾਲ ਤੋਂ ਡੋਗ ਸੋ ਕਰਵਾ ਰਹੇ ਹਾਂ, ਵੀ ਅੱਜ ਤੱਕ ਇੱਦਾਂ ਦੀ ਜਜਿੰਗ ਨਹੀਂ ਦੇਖੀ, ਫੇਅਰ ਜਜਿੰਗ ਟੋਟਲੀ, ਜਿਸ ਦਾ ਕੁੱਤਾ ਡਿਜ਼ਰਵ ਕਰਨਾ ਉਹਨੂੰ ਜਿਤਾਉਣਾ। ਹੋਰ ਵੀ ਆ ਇੱਕ ਹੋਰ ਮੈਂ ਤੁਹਾਨੂੰ ਦੱਸਣਾ ਚਾਹਣਾ, ਜੱਜ ਵੀ ਜਿਹੜੇ ਹੈਗੇ ਨੇ ਬਹੁਤ ਕਰਪਟ ਨੇ ਇਸ ਲਾਈਨ ਦੇ ਵਿੱਚ, ਆਪਣੇ
ਜੋ ਨਜ਼ਦੀਕ ਲੋਕ ਨੇ ਜਾਂ ਉਹਨਾਂ ਦੇ ਜਾਣ ਪਹਿਚਾਣ, ਜਿਵੇਂ ਭਾਈ ਭਤੀਜਾਵਾਦ ਰਾਜਨੀਤੀ 'ਚ ਚੱਲਦਾ, ਸੇਮ ਚੀਜ਼ ਇਹਦੇ 'ਚ ਵੀ ਚੱਲ ਰਹੀ, ਇਹ 'ਚ ਵੀ ਚੱਲਦੀ ਆ। ਜੋ ਉਹਨਾਂ ਦੇ ਨਜ਼ਦੀਕ ਨੇ ਜਾਂ ਉਹਨਾਂ ਨੂੰ ਵੱਡੇ ਵੱਡੇ ਗਿਫਟ ਦਿੰਦੇ ਆ, ਉਹਨਾਂ ਦੇ ਡੋਗਸ ਨੂੰ ਜਿਤਾਉਂਦੇ। ਫਿਰ ਉੱਥੇ ਆਮ ਬੰਦਾ ਜੋ ਮੇਰੇ ਵਰਗਾ ਮਿਹਨਤ ਕਰਕੇ ਆਪਣਾ ਡੋਗ ਲੈ ਕੇ ਜਾਂਦਾ, ਦੇਖੋ ਤਕਲੀਫ ਤਾਂ ਹੁੰਦੀ ਹੈ, ਮਨ ਨੂੰ ਤਾਂ ਹੁੰਦਾ ਹੀ ਹੈ। ਆਪਦੀ ਸਮਾਂ ਗਾਲਿਆ ਹੋਵੇ, ਉਮਰ ਗਾਲੀ ਹੋਵੇ, ਉਹਨੂੰ ਤਾਂ ਦੁੱਖ ਲੱਗੂਗਾ ਜੀ, ਉਹਨੂੰ ਉਹਦਾ ਨਾਮ ਕੋਈ ਹੋਰ ਲੈ ਜਾਵੇ, ਪੈਸੇ ਵਾਲਾ ਲੈ ਜਾਵੇ। ਸੱਚ ਹੈ ਜੀ। ਫਿਰ ਉਸ ਤੋਂ ਰਾਏਪੁਰ ਦੇ ਵਿੱਚ ਮੈਂ ਜਦੋਂ ਜੱਜਿੰਗ ਕਰਕੇ ਆਇਆ, ਹਰ ਬੰਦੇ ਨੇ ਸਰਾਹਨਾ ਕੀਤੀ ਵੀ ਹਾਂ ਚਲੋ ਜੀ। ਉਸ ਤੋਂ ਬਾਅਦ ਮੈਨੂੰ ਜਨਵਰੀ ਦੇ ਵਿੱਚ 8 ਜਨਵਰੀ ਨੂੰ ਖੰਨਾ ਕੈਨਲ ਕਲੱਬ ਤੋਂ ਜੱਜਿੰਗ ਕਰਨ ਦਾ ਮੌਕਾ ਮਿਲਿਆ, ਖੰਨੇ ਕਰਕੇ ਆਇਆ। ਉਸ ਤੋਂ ਬਾਅਦ ਨਵਾਂ ਸ਼ਹਿਰ ਫਰਵਰੀ ਦੇ ਵਿੱਚ, ਉਸ ਤੋਂ ਬਾਅਦ ਮੈਨੂੰ ਮੌਕਾ ਮਿਲ ਲਿਆ ਸ਼੍ਰੀਲੰਕਾ ਦੇ ਵਿੱਚ ਜੱਜਿੰਗ ਕਰਨ ਦਾ। 24 ਫਰਵਰੀ ਸ਼੍ਰੀਲੰਕਾ ਮੈਂ ਗਿਆ। 25 ਨੂੰ ਉਹਨਾਂ ਦਾ ਡੋਗ ਬਰੀਡਰ ਸੈਮੀਨਾਰ ਰੱਖਿਆ ਹੋਇਆ ਸੀ, ਉਹ ਸੈਮੀਨਾਰ ਨੂੰ ਅਟੈਂਡ ਕਰਨ ਲਈ ਆਸਟ੍ਰੇਲੀਆ ਤੋਂ ਜੱਜ ਆਉਣਾ ਸੀਗਾ, ਉਹ ਕਿਸੇ ਕਾਰਨਾਂ ਕਰਕੇ ਨਹੀਂ ਆ ਚੁੱਕਿਆ। ਜੋ ਬਰੀਡ ਵੈਰੀਫਾਈ ਕੈਂਪ ਸੀਗਾ ਉਹਨਾਂ ਦਾ, ਉੱਥੇ ਮੈਨੂੰ ਬਰੀਡ ਵੈਰੀਫਾਈ ਕਰਨ ਦਾ ਮੌਕਾ ਮਿਲਿਆ। ਉਹਨਾਂ ਨੇ ਹਾਲਾਂਕਿ ਇੱਕ ਥਾਈਲੈਂਡ ਤੋਂ ਮੰਗਵਾਇਆ ਸੀ ਉੱਥੇ ਬਰੀਡ ਵੈਰੀਫਾਈ, ਜਦੋਂ ਉਹਨਾਂ ਨੇ ਮੇਰੀ ਡਿਟੇਲ ਜਾਂ ਮੇਰਾ ਲਿਟਰੇਚਰ ਪੜ੍ਹਿਆ, ਮੈਨੂੰ ਉਸ 'ਤੇ ਕੰਮ ਕਰਨ ਦਾ ਉੱਥੇ ਮੌਕਾ ਮਿਲਿਆ। ਮੈਂ ਬਹੁਤ ਹੀ ਕਹਿ ਲਓ ਵੀ ਆਪਣੇ ਆਪ ਨੂੰ ਮਾਣ ਮਹਿਸੂਸ ਕੀਤਾ ਵੀ ਹਾਂ ਵੀ ਬਾਹਰਲੀਆਂ ਕੰਟਰੀਆਂ ਵੀ ਕਹਿ ਲਓ ਵੀ ਦੇਖਦੀਆਂ ਨੇ ਵੀ ਬੰਦੇ ਦੀ ਮਿਹਨਤ, ਬੰਦੇ ਦੀ ਮਿਹਨਤ ਦੇ ਸੱਚਾਈ ਸੱਚਾਈ ਵੀ ਜਿਹਨੇ ਕਦੇ ਪਾਰਸ਼ੀਅਲਿਟੀ ਨਹੀਂ ਕੀਤੀ। ਬਿਲਕੁਲ। ਫਿਰ ਉਸ ਤੋਂ ਬਾਅਦ ਉੱਥੇ ਦੂਸਰੇ ਦਿਨ, ਅਗਲੇ ਦਿਨ ਮੈਨੂੰ ਉੱਥੇ ਡੋਗ ਜੱਜ ਕਰਨ ਦਾ ਮੌਕਾ ਮਿਲਿਆ। ਬਹੁਤ ਵੱਡੀ ਗੱਲ ਆ, ਕਹਿ ਲਓ ਵੀ ਉਹ ਆਪਣੇ ਏਸ਼ੀਆ ਦਾ ਸਭ ਤੋਂ ਪੁਰਾਣਾ ਕਲੱਬ ਆ ਏਸ਼ੀਆ ਦਾ, ਸ਼੍ਰੀਲੰਕਾ ਦੇ ਵਿੱਚ ਸਨੇਓਨ ਕੈਨਲ ਕਲੱਬ, ਜਿਹੜਾ ਕਿ ਅੰਗਰੇਜ਼ਾਂ ਦੇ ਟਾਈਮ ਦਾ ਚੱਲਦਾ। ਅੰਗਰੇਜ਼ਾਂ ਨੇ ਸਭ ਤੋਂ ਪਹਿਲਾਂ ਡੋਗਸ ਉੱਥੇ ਕਰਵਾਇਆ ਸੀ ਏਸ਼ੀਆ ਦੇ ਵਿੱਚ। ਅੱਛਾ ਜੀ। ਜਦ ਤੋਂ ਹੀ ਉਹ ਕਲੱਬ ਚੱਲ ਰਿਹਾ, ਬਾਅਦ ਦੇ ਵਿੱਚ ਆਪਣੇ ਜਦੋਂ ਇਕੱਠੇ ਹੁੰਦੇ ਸੀ ਪਾਕਿਸਤਾਨ ਦੇ ਵਿੱਚ, ਆਪਣਾ ਜੋ ਚੇਨਈ ਦੇ ਵਿੱਚ ਹੈਗਾ ਆਫਿਸ, ਉਹ ਪਾਕਿਸਤਾਨ ਦੇ ਵਿੱਚ ਸੀਗਾ, ਲਾਹੌਰ ਦੇ ਵਿੱਚ। ਲਾਹੌਰ ਤੋਂ ਮਨੀਰ ਬਿਨ ਜੰਗ ਸੀ ਆਪਣੇ ਜੱਜ, ਜੋ ਲਾਹੌਰ ਤੋਂ ਚੇਨਈ ਦੇ ਵਿੱਚ ਲੈ ਕੇ ਆਏ ਉਸ। ਬਹੁਤ ਵੱਡੀ ਮਾਣ ਦੀ ਗੱਲ ਆ। ਇੱਕ ਹੋਰ ਗੱਲ ਦੱਸਦਾ ਮੈਂ ਤੁਹਾਨੂੰ, ਬਹੁਤ ਵੱਡੀ ਮਾਣ ਦੀ ਗੱਲ ਆ, ਅੱਜ ਤੱਕ ਪੰਜਾਬ ਦੇ 3 ਐਸੇ ਜੱਜ ਨੇ ਜਿਹੜੇ ਬਾਹਰਲੇ ਕਿਸੇ ਫੋਰਨ ਕੰਟਰੀ ਵਿੱਚ ਜੱਜਿੰਗ ਕਰਕੇ ਆਏ ਨੇ। ਇੱਕ ਤਾਂ ਤੁਸੀਂ, ਹਾਂ, ਤੀਸਰਾ ਨੰਬਰ ਮੇਰਾ ਕਹਿ ਲਓ, ਬਹੁਤ ਛੋਟੀ ਏਜ ਦੇ ਵਿੱਚ ਸੁਮਿਤ ਟਟੇਜਾ ਜੀ ਨੇ ਅੰਮ੍ਰਿਤਸਰ ਤੋਂ, ਕਿਸੇ ਦੇ ਜੱਜ ਨੇ ਇੰਟਰਨੈਸ਼ਨਲ ਜੱਜ, ਉਹਨਾਂ ਜਦੋਂ ਕਿਸੇ ਸੋਹ 'ਤੇ ਕਰਨ ਲਿਖਣਾ ਉਹਨਾਂ ਦੇ ਅੱਗੇ ਲਿਖਿਆ ਹੋਣਾ ਇੰਟਰਨੈਸ਼ਨਲ ਜੱਜ। ਦੂਸਰੇ ਨੰਬਰ 'ਤੇ ਕੋਮਲ ਧਨੋਆ ਜੀ ਚੰਡੀਗੜ੍ਹ ਤੋਂ। ਤੀਸਰੇ ਨੰਬਰ 'ਤੇ ਮੈਨੂੰ ਮੌਕਾ ਮਿਲਿਆ, ਪੰਜਾਬ ਦੇ ਸਿਰਫ 3 ਬੰਦੇ ਕਹਿ ਲਓ ਵੀ ਜਿਹੜੇ ਬਾਹਰ ਜੱਜਿੰਗ ਕਰਕੇ ਜੀ। ਇੱਕ ਗੱਲ ਇਹ ਹੈ ਵੀ ਤੁਸੀਂ ਸਭ ਤੋਂ ਛੋਟੇ ਜੱਜ ਹੋਣੇ ਆ ਉਮਰ ਦੇ ਜੀ, ਸਭ ਤੋਂ ਛੋਟੀ ਏਜ ਦੇ ਵਿੱਚ ਕਹਿ ਲਓ ਵੀ ਪਰਮਾਤਮਾ ਨੇ ਇੰਨਾ ਮਾਣ ਬਖਸ਼ਿਆ। ਬਾਕੀ ਭਰਾਵਾਂ ਨੇ, ਬ੍ਰਿਡਨਾ ਨੇ, ਤੁਹਾਡੀ ਮਿਹਨਤ ਨੂੰ ਸਲਾਮ ਹੁੰਦੀ ਹੈ ਜਿੱਥੇ ਬੰਦਾ ਕਰਦਾ। ਅੱਛਾ, ਇੱਕ ਦੇਖਿਓ ਵੀ ਤੁਹਾਡੇ ਕੋਲ ਕੁੱਤੇ ਕਿਹੜੀ ਕਿਹੜੀ ਕਿਸਮ ਦੇ ਤੁਸੀਂ ਪਾਲਦੇ ਹੋ, ਅਤੇ ਕਿਹੜੇ ਕਿਹੜੇ ਤੁਹਾਡੇ ਕੋਲ ਗ੍ਰਾਹਕ ਕਿੱਥੋਂ ਕਿੱਥੋਂ ਜਿਹੜੇ ਲੈ ਕੇ ਜਾਂਦੇ ਆ ਜੀ? ਦੇਖੋ, ਪਹਿਲਾਂ ਮੈਂ ਡੋਗ ਰੱਖਦਾ ਸੀਗਾ, ਮੈਂ ਬਰੀਡਰ ਕਾਫੀ ਸਾਰੇ ਰੱਖੀਆਂ ਨੇ, ਨੈਪੋਲੀਅਨ ਮੈਸਟਿਫ ਅਤੇ ਤਿਬਤਨ ਮੈਸਟਿਫ ਅਤੇ ਆਪਣਾ ਇੰਗਲਿਸ਼ ਬੁਲਡੋਗ, ਫਰੈਂਚ ਬੁਲਡੋਗਸ, ਸਵੇਰੀਨ ਹਸਕੀ, ਚਾਓ ਚਾਓ, ਸੇਂਟ ਬਰਨਾਰਡ, ਲੈਬਰਾਡੋਰ, ਮੰਨ ਕੇ ਚੱਲੋ ਵੀ ਹਰ ਜੋ ਕੈਨਲ ਕਲੱਬ ਦੇ ਅਕੋਰਡਿੰਗ 10 ਗਰੁੱਪ ਨੇ, 10 ਗਰੁੱਪ ਦੇ ਮੈਂ ਡੋਗ ਰੱਖੇ ਹੋਏ ਆ।
10 ਗਰੁੱਪ ਪਾਸ ਕੀਤੇ ਆ ਫਿਰ ਜੱਜਿੰਗ ਮਿਲਦੀ ਆ। ਜੇ ਤੁਸੀਂ 10 ਦੇ 10 ਗਰੁੱਪ ਪਾਸ ਕਰਕੇ ਨਾ ਉਹਦੇ ਵਿੱਚੋਂ 6 ਗਰੁੱਪ ਵੀ ਪਾਸ ਕਰ ਲਓਗੇ ਤਾਂ ਤੁਹਾਨੂੰ ਜੱਜਿੰਗ ਦਾ ਕਹਿ ਲਓ ਵੀ ਮੌਕਾ ਮਿਲ ਸਕਦਾ। ਹਾਂ, ਪਰ ਜੇ ਤੁਸੀਂ ਉਸ 'ਤੇ ਕਾਬਲ ਹੋਵੋਗੇ, ਮਤਲਬ ਜੇ ਤੁਸੀਂ ਉਸ ਬਰੀਡ ਦੇ ਉੱਪਰ ਮਿਹਨਤ ਕਰਕੇ ਉਸਨੂੰ ਅੱਗੇ ਲੈ ਕੇ ਜਾਓਗੇ, ਆਪਣੀ ਬਰੀਡ ਜਿਤਾਓਗੇ, ਫਿਰ ਤੁਹਾਡਾ ਨਾਂ ਥੋੜ੍ਹਾ ਅੱਗੇ ਆਉਣਾ। ਤੇ ਹੁਣ ਉਹ ਵੀ ਦੇਖਦੇ ਹੋਣੇ ਆ ਵੀ ਇਹ ਬੰਦੇ ਦੀ ਜੱਜਮੈਂਟ ਕਿੱਦਾਂ ਦੀ ਹੈ, ਇਹ ਪਾਰਸ਼ੀਅਲਿਟੀ ਤਾਂ ਨਹੀਂ ਕਰਦਾ, ਇਦਾਂ ਦੇ ਕੁਝ ਹੋਣਾ। ਹਾਂ, ਫਿਰ ਪੇਪਰ ਵੀ ਹੁੰਦੇ ਆ ਇਹਦੇ ਵਿੱਚ, ਪੜ੍ਹਾਈ ਵੀ, ਇੰਟਰਵਿਊ ਵੀ ਹੁੰਦੀ ਆ। ਅੱਛਾ, ਇੰਟਰਵਿਊ ਹੋਈ। ਹਾਂ, ਕੈਲ ਕਲੱਬ ਦੇ। ਹਾਂ, ਦੀ ਤਰਫ। ਤੇ ਉਸ ਤੋਂ ਬਾਅਦ ਤੁਸੀਂ ਬਰੀਡ ਬਾਰੇ, ਹੁਣ ਇਸ ਟਾਈਮ ਮੈਂ ਮੰਨ ਕੇ ਚਲੋ ਕਿ PhD ਹੁੰਦੀ ਆ ਕਿਸੇ ਵੀ ਉਹਦੇ ਦੇ ਕੰਮ ਤੇ ਲਾ ਲਓ। ਹੁਣ ਬੀਗਲ ਦੇ ਉੱਪਰ ਮੈਨੂੰ ਘੱਟੋ ਘੱਟ 10 ਸਾਲ ਹੋ ਗਏ ਬੀਗਲ ਰੱਖਦੇ ਨੂੰ, ਬੀਗਲ ਬਰੀਡ, ਜੋ ਕਿ ਬੀਗਲ ਤੁਹਾਡਾ ਚੈਂਪੀਅਨ ਵੀ ਰਿਹਾ। ਹਾਂ, ਮੇਰੇ ਆਲਰੇਡੀ ਸਾਰੀ ਬਰੀਡ ਤਕਰੀਬਨ ਜਿਤਾਈਆਂ ਹੈਗੀਆਂ ਚੈਂਪੀਅਨ। ਜ਼ਿਆਦਾ ਮੈਂ ਹੁਣ ਵਰਕ ਕਰ ਰਿਹਾ ਬੀਗਲ ਦੇ ਉੱਪਰ, ਜੋ ਕਿ ਮੇਰੇ ਲਾਸਟ 3 ਸਾਲਾਂ ਤੋਂ ਬਾਹਰਲੀਆਂ ਕੰਟਰੀਆਂ 'ਚ ਵੀ ਜਾ ਚੁੱਕੇ ਨੇ ਡੋਗੀ ਬੀਗਲ ਬਰੀਡ। ਕਿੱਥੇ ਕਿੱਥੇ ਗਏ? ਇਹ ਪਹਿਲਾ, ਸਭ ਤੋਂ ਪਹਿਲਾਂ ਮੇਰਾ ਬੀਗਲ ਗਿਆ ਦੁਬਈ ਦੇ ਵਿੱਚ। ਅੱਛਾ ਜੀ। ਬਹੁਤ ਅੱਛੇ ਦੁਬਈ ਦੇ ਸ਼ੇਖਾਂ ਨੇ ਖਰੀਦੇ, ਬਹੁਤ ਅੱਛੀ ਰਾਇਲ ਫੈਮਿਲੀ ਸੀ ਜਿਹੜੀ। ਉਸ ਤੋਂ ਬਾਅਦ ਮੇਰਾ ਇੱਕ ਡੋਗ ਗਿਆ ਥਾਈਲੈਂਡ ਦੇ ਵਿੱਚ, ਜੋ ਥਾਈਲੈਂਡ ਦੇ ਵਿੱਚ ਜਾ ਕੇ ਵਿਨ ਕੀਤਾ, ਉੱਥੇ ਜਿੱਤਦਾ ਰਿਹਾ। 2 ਡੋਗ ਭੇਜੇ ਅਮੈਰੀਕਾ, 2 ਬੁਲਡੋਗ ਭੇਜੇ ਮੈਂ ਪਾਕਿਸਤਾਨ। ਪਾਕਿਸਤਾਨ ਇੰਨੇ ਕੁ ਜਿੱਤ ਰਹੇ ਨੇ ਉਹ ਕੁੱਤੇ ਮੇਰੇ ਅਲਟੀਮੇਟ। ਤੇ ਹੁਣ ਮੇਰੇ 2 ਪੱਪੀ ਬੁੱਕ ਹੋ ਚੁੱਕੇ ਨੇ ਆਸਟ੍ਰੇਲੀਆ ਲਈ, ਜਿਹੜੇ ਕਿ ਹਾਲਾਂਕਿ ਬੀਗਲ ਬਰੀਡ ਆ ਨਾ, ਜੋ ਆਸਟ੍ਰੇਲੀਆ ਤੋਂ ਸਟਾਰਟ ਹੋਈ ਹੈ। ਆਸਟ੍ਰੇਲੀਆ ਦੇ ਵਿੱਚ ਹਰ ਬੰਦਾ ਕਹਿੰਦਾ ਵੀ ਬੀਗਲ ਆਉਣ ਤਾਂ ਆਸਟ੍ਰੇਲੀਆ ਤੋਂ ਲੈਣਾ, ਮੈਂ ਵੀ ਆਸਟ੍ਰੇਲੀਆ ਤੋਂ ਲਿਆ ਸੀ, ਉਸਦੇ ਅੱਗੇ ਦੀ ਅੱਗੇ ਬੱਚੇ ਤਿਆਰ ਕੀਤੇ। ਪਰ ਮੈਂ ਇੱਕ ਦਰਸ਼ਕਾਂ ਨੂੰ ਇਹ ਦੱਸਣਾ ਚਾਹੁੰਦਾ ਵੀ ਜੋ ਬਰੀਡ ਤੁਹਾਡੇ ਇੰਡੀਆ 'ਚ ਆ ਨਾ, ਬਹੁਤ ਕੰਟਰੀਆਂ ਘੁੰਮ ਕੇ ਦੇਖ ਲਿਆ ਮੈਂ, ਇੱਦਾਂ ਦੀ ਬਰੀਡ ਬਾਹਰਲੀਆਂ ਕੰਟਰੀਆਂ ਕੋਲ ਹੈ ਨਹੀਂ। ਬਸ ਇੱਕ ਲੇਬਲ ਆ ਵੀ ਜੀ ਇੰਪੋਰਟ ਹੈ, ਫਲਾਨੀ ਕੰਟਰੀ ਤੋਂ ਇੰਪੋਰਟ ਆ। ਜਦ ਹਾਲਾਂਕਿ ਉਹ ਖੁਦ ਹੁਣ ਜੋ ਤੁਸੀਂ ਉਹਨਾਂ ਤੋਂ ਕਦੀ ਮੰਗਦੇ ਸੀ, ਹੁਣ ਉਹ ਤੁਹਾਤੋਂ ਮੰਗਦੇ ਆ ਵੀ ਤੁਸੀਂ ਇੰਨਾ ਇਸ ਬਰੀਡ ਦੇ ਉੱਪਰ ਵਰਕ ਕੀਤਾ, ਇਹਦੀ ਜੋ ਟੈਕਨੀਕਲੀ ਪੁਆਇੰਟ ਨੇ ਉਹਨਾਂ ਨੂੰ ਵਾਚ ਕਰਕੇ ਉਹਨਾਂ ਨੂੰ ਦੂਰ ਕੀਤਾ। ਕਹਿ ਲਓ ਵੀ ਹਰ ਬੰਦੇ ਨੂੰ ਡੋਗ, 2 ਡੋਗ ਖੜਾ ਲਓ, 4 ਖੜਾ ਲਓ, ਅਗਲੇ ਨੇ ਤਾਂ ਕਹਿਣਾ ਯਾਰ ਕੁੱਤਾ ਹੀ ਆ, 4 ਇੱਕੋ ਜਿਹੇ ਲੱਗਦੇ ਆ ਮੈਨੂੰ ਤਾਂ, ਥੋੜਾ ਰੰਗ ਦਾ ਫਰਕ ਆ, ਥੋੜਾ ਕੋਈ ਹੋਰ, ਬਾਕੀ ਬੀਗਲ ਹੀ ਆ। ਪਰ ਉਹ ਟੈਕਨੀਕਲੀ ਜਿਹੜੇ ਫਲਟ ਆ ਨਾ, ਜਿਵੇਂ ਮੰਨ ਲਓ ਵੀ ਆਪਣੇ ਕੰਟਰੀ ਦੇ ਵਿੱਚ ਬੱਚਿਆਂ ਦੇ ਸੋਜ ਹੁੰਦੇ ਆ, ਜਾਂ ਕਹਿ ਲਓ ਕੈਟਵਾਕ ਹੁੰਦੇ ਆ, ਮਿਸ ਯੂਨੀਵਰਸ ਚੁਣਿਆ ਜਾਂਦਾ, ਮਿਸ ਇੰਡੀਆ ਚੁਣੀ ਜਾਂਦੀ ਆ, ਸੇਮ ਇੱਦਾਂ ਦੀ ਇਹ ਇੱਕ ਡੋਗਸ ਹੁੰਦਾ। ਹਾਲਾਂਕਿ ਇਨਸਾਨ ਜਦੋਂ ਉਸ ਫੀਲਡ ਦੇ ਵਿੱਚ ਜਾਂਦਾ, ਆਪਣੇ ਆਪ ਨੂੰ ਉੱਥੇ ਪ੍ਰੈਜੈਂਟ ਕਰਦਾ ਮਿਸ ਯੂਨੀਵਰਸ ਬਣਨ ਲਈ, ਮਿਸ ਇੰਡੀਆ ਬਣਨ ਲਈ, ਮਿਸ ਵਰਲਡ ਬਣਨ ਲਈ, ਹਾਲਾਂਕਿ ਹੈ ਤਾਂ ਇੱਕ ਕੈਟਾਗਰੀ, ਇਨਸਾਨ ਦੀ ਕੈਟਾਗਰੀ ਆ। ਇਨਸਾਨ ਦੀ ਜਿੱਥੇ ਦਿੱਖ ਦੇਖਦੇ ਆ, ਉੱਥੇ ਉਹਦੀ ਸਕਿੱਲ, ਉਹਦੀ ਨੌਲੇਜ ਵੀ ਦੇਖਦੇ ਹੋਣੇ ਆ। ਹਾਂ, ਤੇ ਡੋਗ ਸ਼ੋਅ ਦੇ ਵਿੱਚ ਉਹਦੇ ਜਿਹੜੇ ਗੁਣ ਨੇ ਉਹ ਦੇਖੇ ਜਾਂਦੇ ਹੋਣੇ ਆ, ਗੁਣ ਦੇਖੇ ਜਾਂਦੇ ਆ, ਉਹਦੀ ਸਕਿੱਲ ਦੇਖੀ ਜਾਂਦੀ ਆ, ਉਹਦੀ ਟਾਈਪ ਦੇਖੀ ਜਾਂਦੀ ਆ। ਕਹਿ ਲਓ ਵੀ ਇੱਕ ਨੌ ਤੋਂ ਲੈ ਕੇ ਇੱਕ ਬਾਲ ਤੋਂ ਲੈ ਕੇ ਉਹਦੀ ਪੂਰੀ ਟੈਕਨੀਕਲੀ ਟਾਈਪ, ਟੋਪ ਲਾਈਨ, ਹੈਡ, ਮਜ਼ਲ, ਈਅਰਸ, ਉਹ ਪ੍ਰੋਪਰ ਬਰੀਡ ਦੇ ਅਕੋਰਡਿੰਗ ਹੋਣੇ ਚਾਹੀਦੇ ਆ, ਫਿਰ ਉਹ ਡੋਗੀ ਜਿੱਤਦਾ। ਬਹੁਤ ਇਹ ਅੱਜ ਕੱਲ੍ਹ ਤੁਸੀਂ ਬੀਗਲ ਤੇ PhD ਕਰ ਰਹੇ? ਹਾਂ, ਮੰਨ ਲਓ ਕਿ ਬੀਗਲ ਤੇ ਮੈਂ PhD ਕਰਦੇ ਹਾਂ ਇਸ ਟਾਈਮ। ਹੁਣ ਆਉਣ ਵਾਲਾ ਇੱਕ ਹੋਰ ਥੋੜ੍ਹੇ ਦਿਨਾਂ ਹਲੇ ਮੈਂ ਦੱਸਣਾ ਨਹੀਂ ਚਾਹੁੰਦਾ, ਇੱਕ ਬਹੁਤ ਵੱਡਾ ਸਰਪ੍ਰਾਈਜ਼ ਹੋਣ ਵਾਲਾ, ਉਸ ਤੋਂ ਬਾਅਦ ਤੁਹਾਡੇ ਜੇ ਮੌਕਾ ਮਿਲਿਆ ਫਿਰ ਦੱਸਾਂਗੇ, ਥੋੜ੍ਹੇ ਕਹਿ ਲਓ ਵੀ ਨੈਕਸਟ ਅਗਸਤ ਦੇ ਵਿੱਚ। ਅੱਛਾ, ਲੁਕੋ ਕੇ ਰੱਖ ਰਹੇ ਹੋ ਇਹ ਸਰਪ੍ਰਾਈਜ਼ ਸਾਡਾ? ਲੁਕੋ ਨਹੀਂ।
ਜੀ। ਅੱਛਾ ਦੀਪੇ, ਹੋਰ ਕਿਹੜੀ ਕਿਹੜੀ ਚੀਜ਼ ਹੈ ਜਿਹੜੀ ਇਸ ਵਪਾਰ ਨੇ ਤੁਹਾਨੂੰ ਦਿੱਤੀ ਹੈ? ਦੇਖੋ ਜੀ, ਮੈਨੂੰ ਸਭ ਤੋਂ ਪਹਿਲਾਂ ਇਸ ਵਪਾਰ ਨੇ ਬੜੀ ਇੱਜ਼ਤ ਦਿੱਤੀ ਆ। ਕਹਿ ਲਓ ਵੀ ਪੈਸਾ ਤਾਂ ਬੰਦਾ ਹਰ ਕਮਾਉਣਾ, ਪਰ ਮੈਂ ਇਹ ਮੇਰੇ ਵਰਕ ਹੀ ਆ ਇਹ, ਜੋ ਮੈਂ ਇਹ ਕਮਾਇਆ ਦੁਨੀਆਂ ਦੇ ਵਿੱਚ ਨਾਮ ਕਮਾਇਆ। ਸਭ ਤੋਂ ਵੱਡਾ ਇੱਕ ਹੋਰ, ਅੱਜ ਕੱਲ੍ਹ ਦੇ ਲੋਕ ਜਾਂ ਅੱਜ ਕੱਲ੍ਹ ਦੇ ਨੌਜਵਾਨ ਲਗਾ ਲਓ, ਉਹਨਾਂ ਦਾ ਕੰਮ ਵੱਲ ਇੰਟਰਸਟ ਹੈ ਨਹੀਂ, ਵਿਹਲੇ ਫਿਰਨ ਗਿੱਜ ਕੇ, ਨਸ਼ੇ ਪੱਤਿਆਂ ਵੱਲ ਉਹਨਾਂ ਦਾ ਬੜਾ ਧਿਆਨ। ਤੁਸੀਂ ਕਿਸੇ ਵੀ ਕੰਮ ਨੂੰ ਆਪਣੇ ਦਿਲ ਨੂੰ ਲਗਾ ਲਓ, ਕਿਸੇ ਗੇਮ ਨੂੰ ਲਗਾ ਲਓ, ਤੁਸੀਂ ਉਸ ਮਾੜੀਆਂ ਆਦਤਾਂ ਤੋਂ ਦੂਰ ਹੋ ਜਾਓਗੇ। ਹਾਲਾਂਕਿ ਮੈਂ ਵੀ ਚਲੋ ਕਾਲਜ ਜਾਂਦਾ ਸੀ, ਬਥੇਰੇ ਇੱਦਾਂ ਦੇ ਟੱਚ ਦੇ ਵਿੱਚ ਆਏ ਇਨਸਾਨ, ਪਰ ਨਹੀਂ, ਮੈਂ ਕਿਸੇ ਕੰਮ ਵੱਲ ਮੇਰਾ ਧਿਆਨ ਸੀ। ਕੋਈ ਵੀ ਤੁਸੀਂ ਹਾਰਡ ਵਰਕ ਕਰਦੇ ਹੋ ਤਾਂ ਤੁਹਾਨੂੰ ਮੰਜ਼ਿਲ ਤੱਕ ਪਹੁੰਚ ਜਾਂਦਾ ਹੁੰਦਾ। ਜਿਹੜੇ ਦੋਸ਼ ਦੇ ਦਿੰਦੇ ਆ ਕਈ ਵਾਰ ਹਾਲਾਤਾਂ ਨੂੰ, ਵੀ ਸਾਨੂੰ ਹਾਲਾਤ ਨਹੀਂ ਮਿਲੇ, ਸਾਨੂੰ ਕੋਈ ਰੁਜ਼ਗਾਰ ਨਹੀਂ ਮਿਲਿਆ, ਉਹਨਾਂ ਲਈ ਇੱਕ ਸੁਨੇਹਾ ਵੀ ਇਹ ਵੀ ਰੁਜ਼ਗਾਰ ਤੁਸੀਂ ਖੁਦ ਵੀ ਪੈਦਾ ਕਰ ਸਕਦੇ ਹੋ। ਜ਼ਰੂਰੀ ਨਹੀਂ ਕਿ ਤੁਸੀਂ ਕਿਸੇ ਦੇ ਅੰਡਰ ਜਾ ਕੇ ਲੱਗਣਾ, ਨੌਕਰ ਲੱਗਣਾ, ਤੁਸੀਂ ਮਾਲਕ ਬਣ ਕੇ ਵੀ ਬੈਠ ਸਕਦੇ ਹੋ। ਜੀ ਬਿਲਕੁਲ, ਬਹੁਤ ਵਧੀਆ ਕਰਮਵੀਰ ਤੁਸੀਂ ਗੱਲ ਕਹੀ ਹੈ, ਮੈਂ ਇਸ ਗੱਲ ਨੂੰ ਫੁੱਲ ਚਾੜਦਾ। ਬਿਲਕੁਲ, ਬਹੁਤ ਮੇਰੇ ਵੀ ਸੇਮ ਇੱਦਾਂ ਹੀ ਲਗਾ ਲਓ, ਮੈਂ ਘਰੇ ਕੰਮ ਕਰਦਾ ਕਿਸੇ ਹੋਰ ਗੱਲਾਂ ਬਾਤਾਂ ਵੱਲ ਧਿਆਨ ਦੇਣ ਲੱਗ ਜਾਣਾ ਸੀ। ਹੁਣ ਪਿੰਡ ਦੇ ਵਿੱਚ ਹੀ ਮੰਨ ਲਓ ਵੀ ਸੁਸਾਇਟੀ ਦੇ ਅਕੋਰਡਿੰਗ ਮੈਨੂੰ ਉੱਥੇ ਚੁਣਿਆ ਹੋਇਆ, ਪੰਚਾਇਤ ਦੇ ਵਿੱਚ ਉੱਥੇ ਮੈਨੂੰ ਚੁਣਿਆ। ਜੇ ਕੋਈ ਚੰਗੀਆਂ ਆਦਤਾਂ ਸੀਗੀਆਂ, ਚੰਗੇ ਗੁਣ ਸੀਗੇ, ਤਾਂ ਹੀ ਦੂਸਰਾ ਬੰਦਾ ਤੁਹਾਡੀ ਕਦਰ ਕਰਦਾ। ਤੁਸੀਂ ਪਿੰਡ ਦੇ ਵਿੱਚ ਪੰਚ ਵੀ ਹੋ? ਹਾਂਜੀ ਹਾਂ, ਮੈਂ ਮੌਜੂਦਾ ਪੰਚ ਵੀ ਹੈਗਾ ਅਤੇ ਸੁਸਾਇਟੀ ਦਾ ਮੀਤ ਪ੍ਰਧਾਨ ਵੀ ਹੈਗਾ, ਜੋ ਕੋਆਪਰੇਟਿਵ ਸੁਸਾਇਟੀ ਆ ਆਪਣੇ, ਕਹਿ ਲਓ ਖੇਤੀਬਾੜੀ ਵਾਲੀ। ਜੀ, ਅਤੇ ਉਹੀ ਹੈ ਵੀ ਜਿਉਂ ਜਿਉਂ ਤੁਸੀਂ, ਜੇ ਤੁਸੀਂ ਸਹੀ ਕੰਮ ਵੱਲ, ਸਹੀ ਤੁਹਾਡੀ ਸੋਚ ਆ, ਤਾਂ ਤੁਹਾਨੂੰ ਲੋਕ ਵੀ ਸਲਾਮ ਕਰਦੇ। ਜੀ ਅੱਛਾ ਦੀਪਕ, ਜਿਹੜੀ ਤੁਸੀਂ ਜ਼ਿਕਰ ਕੀਤਾ ਸੀ ਸ਼ੁਰੂ ਸ਼ੁਰੂ ਦੇ ਵਿੱਚ ਕਿ ਝੂਠ ਬੋਲਦੇ ਆ ਜੀ ਬਰੀਡਰ, ਕੀ ਜਿਹੜੇ ਪੰਜਾਬ ਦੇ ਵਿੱਚ ਕਿੰਨੇ ਕੁ ਪ੍ਰਸੈਂਟ ਇੱਦਾਂ ਦੇ ਬਰੀਡਰ ਹੋਣਗੇ ਜਾਂ ਜਿਹੜੇ ਡੋਗ ਸੇਲ ਕਰਦੇ ਆ, ਕਿੰਨੇ ਕੁ ਲੋਕ ਹੋਣਗੇ, ਕੁਛ ਇਮਾਨਦਾਰ ਵੀ ਵਿੱਚੋਂ ਹੋਣਗੇ? ਸਾਰੇ ਦੇ ਸਾਰਿਆਂ ਨੂੰ ਤਾਂ ਨਹੀਂ ਆਪਾਂ ਕਹਿ ਸਕਦੇ, ਜਿਵੇਂ ਰੌਲਾ ਘੋੜਿਆਂ ਵੇਲੇ ਵੀ ਪਿਆ ਸੀ, ਘੋੜਿਆਂ ਵਾਲੇ ਵੀ ਇਹ ਗੱਲ ਚਰਚਾ ਚੱਲੀ ਸੀਗੀ ਵੀ ਸਾਰੇ ਨਹੀਂ ਹੈਗੇ, ਸਾਰਿਆਂ ਨੂੰ ਇੱਕੋ ਰੱਸੇ ਨਾ ਬੰਨੋ, ਕੁਛ ਹੋ ਸਕਦੇ ਆ ਵੀ ਸਾਰੇ ਇੱਦਾਂ ਦੇ ਨਹੀਂ ਹੈ। ਬਿਲਕੁਲ ਸਹੀ ਗੱਲ ਆ ਜੀ, ਇਹ ਕਹਿ ਲਓ ਵੀ ਮੰਨ ਕੇ ਚੱਲੋ ਵੀ 50-50 ਹੋ ਜਾਂਦੇ ਆ, ਜਿਹੜੇ ਤਾਂ ਸਹੀ ਆਪਦਾ ਕੰਮ ਕਰਦੇ ਆ, ਉਹ ਕਦੇ ਟਿੱਪਣੀ ਨਹੀਂ ਕਰਨਗੇ ਦੂਸਰੇ ਦੇ ਕੰਮ 'ਤੇ। ਜਿਹੜੇ ਜਿਹਨੂੰ ਨਾ ਆਪਦੇ ਕੰਮ ਜਾਂ ਆਪਦਾ ਪਾਲਾ ਮਾਰਦਾ ਹੁੰਦਾ, ਕਹਿੰਦੇ ਚੋਰ ਨੂੰ ਫੜਿਆ ਜਾਂਦਾ ਨਾ, ਜਿਹਨੂੰ ਆਪਦਾ ਪਾਲਾ ਮਾਰੂ, ਉਹੀ ਬੰਦਾ ਅੱਗੇ ਆ ਕੇ ਥੋੜ੍ਹੀ ਜਿਹੀ ਉਹਤੇ ਟਿੱਪਣੀ ਕਰੂਗਾ, ਨੈਗੇਟਿਵ ਕਹੂਗਾ। ਬਿਲਕੁਲ, ਹਾਲਾਂਕਿ ਜੇ ਉਹ ਸਹੀ ਆ ਨਾ, ਤਾਂ ਸਹੀ ਨੂੰ ਸਹੀ ਕਹਿਣਾ ਚਾਹੀਦਾ। ਇਹ ਨਹੀਂ ਸੋਚਣਾ ਵੀ ਆਪਾਂ, ਅੱਜ ਕੱਲ੍ਹ ਦੇ ਟਾਈਮ ਦੇ ਵਿੱਚ ਲੋਕ ਪੈਸੇ ਮਗਰ ਬਹੁਤ ਭੱਜੇ ਹੋਏ ਆ, ਹਰ ਬੰਦੇ ਨੂੰ ਪੈਸੇ ਦੀ ਲਾਲਚ ਆ ਵੀ ਮੇਰੇ ਕੋਲ ਪੈਸਾ ਹੋਵੇ, ਮੇਰੇ ਕੰਮ ਨੂੰ ਲੋਕ ਨਾ ਦੇਖਣ, ਸਿਰਫ ਮੇਰੇ ਗੱਲਾਂ ਨੂੰ, ਮੇਰੀਆਂ ਨੂੰ ਲੋਕ ਦੇਖਣ ਵੀ ਹਾਂ ਯਾਰ ਫਲਾਨੇ ਬੰਦੇ ਨੇ ਆਹ ਗੱਲ ਕਹੀ ਸੀ, ਇਹ ਸੱਚ ਹੀ ਹੋਣੀ ਆ ਵੀ ਇਸ ਬੰਦੇ ਕੋਲ ਚੀਜ਼ ਵਧੀਆ। ਇਹ 'ਚ 50 ਦੋਨੇ ਤਰ੍ਹਾਂ ਦੇ ਵਿੱਚ 50-50 ਲੋਕ ਹੁੰਦੇ ਆ, ਜੋ ਸਹੀ ਤਰੀਕੇ ਨਾਲ ਕੰਮ ਵੀ ਕਰਦੇ ਆ। ਇੱਕ ਹੋਰ ਗੱਲ, ਮੰਨ ਕੇ ਚੱਲੋ ਹੁਣ ਮੈਂ ਡੋਗਸ ਨੂੰ ਤੇ ਜਾਂਦਾ ਸੀਗਾ, ਹਾਲਾਂਕਿ ਮੈਨੂੰ ਆਪਣੇ ਆਪ ਨੌਲੇਜ ਤਾਂ ਕੋਈ ਨਹੀਂ ਪਤਾ ਲੱਗੀ, ਮੈਂ ਵੀ ਸਿੱਖੀ ਡੋਗਸ ਤੇ ਜਾਣਾ, ਦੇਖਣਾ ਵੀ ਹਾਂ ਯਾਰ ਇਹ ਸੇਮ, ਕਈ ਵਾਰ ਇੱਦਾਂ ਲੱਗਦਾ ਆਪਾਂ ਨੂੰ ਬਾਹਰ ਖੜੇ ਨੂੰ ਵੀ ਯਾਰ ਫਲਾਨਾ ਕੁੱਤਾ ਜ਼ਿਆਦਾ ਚੰਗਾ ਸੀ, ਉਹ ਕਿਉਂ ਜਿਤਾ ਤਾ,
ਫਿਰ ਉਹਦੇ ਮੈਂ ਜਾ ਕੇ ਪੁੱਛਦਾ ਹੁੰਦਾ ਸੀ ਜੋ ਮੇਰੇ ਤੋਂ ਵੱਡੇ ਸੀਗੇ ਸੀਨੀਅਰ ਸੀਗੇ ਜਾਂ ਜੱਜ ਨੂੰ ਵੀ ਪੁੱਛ ਲੈਣਾ ਵੀ ਸਰ ਇਹਦੇ ਵਿੱਚ ਆਹ ਕੀ ਹੈਗਾ ਵੀ ਕੀ ਮੈਨੂੰ ਕਮੀ ਰਹਿ ਗਈ ਜਿਹੜਾ ਤੁਸੀਂ ਇਹਨੂੰ ਜਿਤਾਤਾ। ਹਾਂ ਫਿਰ ਉਹਨੇ ਮੈਨੂੰ ਟੈਕਨੀਕਲੀ ਪੁਆਇੰਟ ਦੱਸਣੇ, ਫਿਰ ਮੈਂ ਹਾਂ ਯਾਰ ਹੁਣ ਬਹੁਤ ਲੋਕੀ ਕਹਿਣਗੇ ਯਾਰ ਫਲਾਨਾ ਕੁੱਤਾ ਤਾਂ ਇੰਨਾ ਵੱਡਾ ਸੀ, ਉਹਦਾ ਵਜ਼ਨ ਦੇਖੋ ਕਿੱਡੇ ਕਿੱਡੇ, ਉਹਦੇ ਪੰਜੇ ਨੇ, ਪੂੰਛ ਦੇਖੋ ਜੀ ਉਹਦੀ, ਪਰ ਉਹਨੂੰ ਜੋ ਟੈਕਨੀਕਲੀ ਉਹਦੇ ਵਾਚਿੰਗ ਕਰਨ ਵਾਲੇ ਪੁਆਇੰਟ ਨੇ ਉਹ ਨਹੀਂ ਨਾ ਦੇਖਦੇ। ਇਸ ਕਰਕੇ ਵੀ ਜੇ ਆਪਾਂ ਉੱਥੋਂ ਕਿਸੇ ਵੀ ਕੰਮ ਨੂੰ ਜਾਂ ਡੌਗ ਸ਼ੋਅ ਤੇ ਜਾਣਾ ਮੈਂ ਉੱਥੋਂ ਸਿੱਖ ਕੇ ਆਓ ਕੁਛ, ਨਾ ਕਿ ਉੱਥੋਂ ਉੱਦਾਂ ਹੀ ਦੇਖ ਕੇ ਆ ਜਾਓ, ਕੋਈ ਵੀ ਕੰਮ ਦੇ ਵਿੱਚ ਲਗਾ ਲਓ ਜੀ। ਅੱਛਾ ਗੁਰਦੀਪ ਜੀ ਇੱਕ ਸਵਾਲ ਮੇਰਾ ਹੋਰ ਵੀ ਆ ਜੀ, ਬੜੀ ਚਰਚਾ ਵੀ ਹੁੰਦੀ ਰਹਿੰਦੀ ਆ ਜਿਹੜੇ ਲੋਕ ਇਹ ਸੋਚਦੇ ਆ ਜਿਹੜੇ ਪਸ਼ੂਆਂ ਨੂੰ ਪਿਆਰ ਕਰਦੇ ਆ ਜਾਨਵਰਾਂ ਨੂੰ ਪਿਆਰ ਕਰਨ ਵਾਲੇ ਜਿਹੜੇ ਲੋਕ ਨੇ ਉਹ ਸਵਾਲ ਵੀ ਖੜੇ ਕਰਦੇ ਆ ਕਿ ਜਿਹੜੇ ਬਰੀਡਰ ਨੇ ਜੀ ਉਹ ਬਰੀਡਿੰਗ ਕਰਾਉਂਦੇ ਰਹਿੰਦੇ ਆ, ਬਰੀਡਿੰਗ ਕਰਾਉਂਦੇ ਰਹਿੰਦੇ ਆ, ਅਖੀਰ 'ਚ ਜਦੋਂ ਡੌਗੀ ਦੀ ਹਾਲਤ ਬਹੁਤ ਮਾੜੀ ਹੋ ਜਾਂਦੀ ਹੈ ਅਤੇ ਉਸ ਤੋਂ ਬਾਅਦ ਉਹਨੂੰ ਘਰੋਂ ਬਾਹਰ ਕੱਢ ਦਿੰਦੇ ਆ, ਉਹ ਸੜਕਾਂ 'ਤੇ ਰੁੜਦੇ। ਅਸੀਂ ਵੀ ਦੇਖਿਆ ਕਈ ਵਾਰ ਇੱਦਾਂ ਦੇ ਡੌਗ ਜਿਹੜੇ ਵਧੀਆ ਨਸਲ ਦੇ ਹੁੰਦੇ ਆ ਜਦੋਂ ਉਹਨਾਂ ਦਾ ਪਿੱਛੋਂ ਜਿੱਥੋਂ ਉਹਨਾਂ ਨੇ ਪ੍ਰਜਨਨ ਅੰਗ ਹੁੰਦਾ ਉਹ ਵੀ ਖਰਾਬ ਹੋ ਜਾਂਦਾ ਉਦੋਂ ਉਹਨੂੰ ਧੱਕੇ ਮਾਰ ਕੇ ਬਾਹਰ ਕੱਢ ਦਿੱਤਾ ਜਾਂਦਾ। ਇਹੋ ਜਿਹੀਆਂ ਗੱਲਾਂ ਵੀ ਹੁੰਦੀਆਂ ਨੇ, ਇਹ ਫਿਰ ਸਵਾਲ ਵੀ ਖੜ੍ਹਾ ਹੁੰਦਾ ਕਿ ਤੁਸੀਂ ਇਨਸਾਨ ਕਮਾਈ ਕਰਨ ਦੀ ਦੌੜ ਦੇ ਵਿੱਚ ਇੰਨਾ ਨਿਰਦਈ ਹੋ ਗਿਆ ਕਿ ਜਾਨਵਰਾਂ ਨੂੰ ਇੱਕ ਮਸ਼ੀਨ ਵਾਂਗ, ਬੱਚੇ ਪੈਦਾ ਕਰਨ ਵਾਲੀ ਮਸ਼ੀਨ ਵਾਂਗ ਯੂਜ਼ ਕਰਨ ਲੱਗ ਗਿਆ। ਕੀ ਕਹਿਣਾ ਚਾਹੋਗੇ ਇਹੋ ਜਿਹੇ ਲੋਕਾਂ ਲਈ ਕਿ ਤੁਹਾਡੇ ਨਾਲ ਵੀ ਕੋਈ ਇਹੋ ਜਿਹਾ ਵਾਕਿਆ ਜੁੜਿਆ ਹੈ? ਬਿਲਕੁਲ ਸੱਚ ਹੈ ਜੀ ਇਹ, ਜਿਵੇਂ ਨਾ ਕਿਸਾਨ ਦੇ ਘਰ ਬਲਦ ਰੱਖਿਆ ਹੁੰਦਾ, ਬਲਦ ਨੂੰ ਉਸ ਉਹਦੇ ਬਲਦ ਦੀ ਸਾਰੀ ਉਮਰ ਉਹ ਤੋਂ ਪੱਠੇ ਆਪਣੇ ਘਰ ਲਿਆਉਂਦਾ, ਆਪਣੇ ਸਾਰੇ ਕਹਿ ਲਓ ਵੀ ਮੱਝਾਂ ਗਾਵਾਂ ਨੂੰ ਉਹਦੇ ਉਹ ਪੱਠੇ ਲਿਆ ਕੇ ਦਿੰਦਾ, ਜਦੋਂ ਦੀ ਏਜ ਹੁੰਦੀ ਹੈ ਡੰਡਾ ਮਾਰ ਕੇ ਬਾਹਰ ਕੱਢ ਦਿੰਦੇ, ਪਰ ਉਹ ਬੜੀ ਬੋਝ ਬਣ ਜਾਂਦਾ ਉਹਦੀ ਆਰਥਿਕਤਾ। ਹਾਂ ਲਿਖੋ ਕੱਲ੍ਹ ਨੂੰ ਆਪਾਂ ਵੀ ਬਜ਼ੁਰਗ ਹੋਣਾ, ਜੇ ਆਪਣੇ ਬੱਚੇ ਆਪਾਂ ਨੂੰ ਡੰਡੇ ਮਾਰ ਕੇ ਕੱਢਣ ਵੀ ਚਲੋ ਵੀ ਤੁਸੀਂ ਮੰਜਾ ਤੋੜੀ ਜਾਂਦੇ ਹੋ ਜਾਂ ਖੰਘੀ ਜਾਂਦੇ ਹੋ ਜਾਂ ਫਿਰ ਕਿੰਨਾ ਕਿੱਦਾਂ ਦਾ ਮਹਿਸੂਸ ਹੋਊਗਾ ਤੁਹਾਨੂੰ? ਆਪਣੇ 'ਤੇ ਲਗਾ ਕੇ ਦੇਖੋ ਨਾ। ਹੁਣ ਮੇਰੇ ਕੋਲ ਹਾਲਾਂਕਿ ਡੌਗ ਦੀ ਜੋ ਏਜ ਹੁੰਦੀ ਆ ਨਾ 9 ਸਾਲ, ਬਾਕੀ ਪਰਮਾਤਮਾ ਦੇ ਹੱਥ ਹੁੰਦੀ ਆ, ਜੰਮਣਾ ਮਰਨਾ ਪਰਮਾਤਮਾ ਦੇ ਹੱਥ ਆ ਜੀ। ਬਿਲਕੁਲ ਮੈਕਸੀਮਮ ਜੋ ਏਜ ਕਹਿ ਲਓ ਡੌਗ ਦੀ 15 ਸਾਲ, 16 ਸਾਲ, 17 ਸਾਲ ਵੀ ਹੋ ਜਾਂਦੀ। ਮੇਰੇ ਕੋਲ ਇੱਕ ਤਿਬਤਨ ਮੈਸਿਵ ਫੀਮੇਲ ਸੀ ਜੋ ਪੁਰਾਣੀ ਸੀ, ਉਹਦੀ ਕੇਅਰ ਦੇ ਉੱਪਰ ਡਿਪੈਂਡ ਸੀ ਤੁਸੀਂ ਉਹਦੀ ਕਿੱਦਾਂ ਦੀ ਕੇਅਰ ਕਰਦੇ ਹੋ। ਮੈਂ ਉਹਨੂੰ ਹੱਥੀਂ ਆਪਣੇ ਚੱਕ ਕੇ ਇੱਕ ਛੋਟੀ ਜਿਹੀ ਗੱਦੀ ਬਣਾਈ ਹੁੰਦੀ ਸੀ ਉਹਤੇ ਪਾ ਦੇਣਾ, ਉਹਨੇ ਗੰਦੀ ਕਰ ਦੇਣੀ, ਉਹਨੂੰ ਚੱਕ ਕੇ ਬਾਹਰ ਕੱਢ ਦੇਣਾ ਦੂਸਰੀ 'ਤੇ, ਹੱਥੀਂ ਕਰਦਾ ਰਿਹਾ ਹਰ ਵਰਕ ਉਹਦਾ। 20 ਸਾਲ ਦੀ ਏਜ ਹੋ ਕੇ ਜਾ ਕੇ ਉਹਦੀ ਡੈਥ ਹੋਈ ਸੀ, ਪਰ ਉਹ ਤਕਰੀਬਨ 17 ਸਾਲਾਂ ਤੋਂ ਬੈਠ ਗਈ ਸੀ, ਉਹ 3 ਸਾਲ ਉਹ ਬੈਠੀ ਰਹੀ ਆ ਉਹਦੇ। ਮੈਂ ਸਰਿੰਜਾਂ ਦੇ ਨਾਲ ਕਦੇ ਕੁਛ ਮੂੰਹ 'ਚ ਪਾਉਣਾ ਕਦੇ ਕੁਛ, ਹੁਣ ਮੇਰੇ ਸਾਲ ਜਾਣੀ ਕਿ ਸੇਵਾ ਕੀਤੀ, ਸੇਵਾ ਕਰੀ ਉਸਦੀ, ਘਰੋਂ ਨਹੀਂ ਕੱਢਿਆ, ਘਰੋਂ ਨਹੀਂ ਕੱਢਿਆ ਉਸ। ਮੈਂ ਉਹ ਤਕਰੀਬਨ ਲਗਭਗ 2001 ਜਾਂ 2 ਦੀ ਗੱਲ ਆ, ਕਿਉਂਕਿ ਪਹਿਲਾਂ ਤਾਂ ਪੁਰਾਣੀ ਸੀਗੀ ਉਹ, ਅਤੇ ਹੁਣ ਮੇਰੇ ਕੋਲ ਇਸ ਟਾਈਮ ਬੀਗਲ 11-12 ਸਾਲ ਦੇ ਵੀ ਹੈਗੇ ਨੇ, ਲੈਬਰੇਡੋਰ ਫੀਮੇਲ ਹੈਗੀ ਆ 14 ਸਾਲ ਦੀ ਹੈਗੀ ਆ, ਇੱਕ ਇੰਗਲਿਸ਼ ਬੁਲਡੋਗ ਮੇਲ ਨੇ, ਜੋ ਕਿ ਇੰਗਲਿਸ਼ ਬੁਲਡੋਗ ਬਰੀਡ ਇੱਦਾਂ ਦੀ ਹੈਗੀ ਆ ਬਹੁਤ ਹੀ ਜਲਦੀ ਉਹਨਾਂ 'ਤੇ ਬੜੇਪਾ ਆ ਜਾਂਦਾ। ਉਹ ਟੈਕ ਮੰਨ ਲਓ ਕਿ ਚਲੋ ਬਰੀਡ ਕਰਨ ਤੋਂ ਰੁਕ ਜਾਂਦੇ ਆ ਪਹਿਲਾਂ ਆਪਣੀ ਏਜ ਦੇ ਅਕੋਰਡਿੰਗ, ਕਾਫ਼ੀ ਜ਼ਿਆਦਾ ਸਮੱਸਿਆਵਾਂ ਆਉਣ ਲੱਗ ਜਾਂਦੇ ਨੇ, ਕਿਉਂਕਿ ਉਹ ਤਿਆਰ ਕੀਤੀਆਂ ਹੋਈਆਂ ਬਰੀਡਸ ਹੈਗੀਆਂ ਕਿਸੇ ਦੂਸਰੀ ਬਰੀਡ ਨਾਲ ਮੈਚ ਕਰਕੇ, ਹਾਈਬ੍ਰਿਡ ਬਰੀਡਾਂ ਤਿਆਰ ਕੀਤੀਆਂ ਹੋ ਗਈਆਂ, ਉਹ ਆਪਣੀ ਏਜ ਤੋਂ ਪਹਿਲਾਂ ਬੁੱਢੇ ਹੋ ਜਾਂਦੇ ਆ, ਬਰੀਡਿੰਗ ਕਰਨੀ ਬੰਦ ਕਰ ਦਿੰਦੇ ਆ, ਫੀਮੇਲਾਂ ਬੱਚੇ ਦੇਣੋਂ ਬੰਦ ਕਰ ਦਿੰਦੀਆਂ ਨੇ। ਉਹ ਸਾਡੇ ਹੁਣ ਕੱਲ੍ਹ ਵੀ ਮੌਸਮ ਬੜਾ ਖਰਾਬ, ਮਨੁੱਖ ਛੇੜਛਾੜ ਕਰਦਾ ਹਾਈਬ੍ਰਿਡ ਪੈਦਾ ਕਰਦਾ ਜਾਨਵਰ, ਤਾਂ ਉਹਦੇ ਦਿੱਕਤਾਂ ਸਾਹਮਣੇ ਆਉਂਦੀਆਂ ਨੇ। ਆਉਂਦੀਆਂ ਨੇ ਜੀ, ਬਿਲਕੁਲ ਆਉਂਦੀਆਂ ਨੇ।
ਉਹ ਬਰੀਡ ਬੱਚੇ ਦੇਣੋਂ ਬੰਦ ਕਰਦੇ ਨੇ। ਲੋਕ ਬਹੁਤ ਕਹਿਣਗੇ ਯਾਰ ਵੀ ਸਾਡੇ ਘਰੇ ਇੰਗਲਿਸ਼ ਬੁਲਡੋਗ ਫੀਮੇਲ ਆ, ਅਸੀਂ ਦੇਣੀ ਆ, ਸੇਲ ਕਰਨੀ ਆ। ਫਿਰ ਉਹਨੂੰ ਦੱਸੀਦਾ ਯਾਰ ਵੀ ਨਾ ਤੁਸੀਂ ਕਿਸ ਗੱਲ ਪਤਾ, ਸਾਨੂੰ ਪਤਾ ਲੱਗ ਜਾਂਦਾ ਕਿਉਂਕਿ ਪਹਿਲਾਂ ਬਜ਼ੁਰਗ ਕਹਿੰਦੇ ਹੁੰਦੇ ਸੀ ਨਾ ਵੀ ਇਸ ਤਾਂ ਬੱਚੇ ਦੇ ਚਿੱਤਰ ਦੇਖ ਕੇ ਦੱਸ ਦਈਏ ਵੀ ਇਹਦੇ ਨਾਨਕੇ ਕਿੱਥੇ ਨੇ। ਇਹ ਗੱਲਾਂ ਸੱਚ ਨੇ ਜੀ, ਬਿਲਕੁਲ ਬਜ਼ੁਰਗਾਂ ਦੀਆਂ ਕਹੀਆਂ ਗਈਆਂ। ਅਤੇ ਸੇਮ ਉਹਦੀ ਬਾਚ ਕਰ ਲਈਦਾ ਉਹਦੀ ਵੀ ਇਹਦੇ ਮਨ ਦੇ ਵਿੱਚ ਕੀ ਹੈ, ਕਹਿ ਕੀ ਰਿਹਾ, ਕਰਨਾ ਕੀ ਚਾਹੁੰਦਾ, ਗਲਾਂ ਲਾਉਣਾ ਚਾਹੁੰਦਾ। ਪਰ ਇਹ ਨਹੀਂ ਨਾ ਦੇਖਦਾ ਵੀ ਉਸਨੇ ਮੈਨੂੰ ਕੀ ਕਰਕੇ ਦਿੱਤਾ, ਕੀ ਕਮਾ ਕੇ ਦਿੱਤਾ। ਪਰ ਮੈਂ ਇੱਦਾਂ ਦੇ ਕਲਵੀ ਅਨਸਰਾਂ ਨੂੰ ਇਹ ਕਹਿਣਾ ਚਾਹੁੰਦਾ ਕਿ ਪਰਮਾਤਮਾ ਤੋਂ ਡਰੋ, ਜਿਸ ਨੇ ਤੁਹਾਨੂੰ ਨਾਂ ਦਿੱਤਾ ਉਸ ਕੰਮ ਦੀ ਕਦਰ ਕਰੋ, ਜਾਨਵਰ ਦੀ ਕਦਰ ਕਰੋ। ਜੇ ਬੁਢਾਪਾ ਆ ਗਿਆ ਤਾਂ ਉਹਦੀ ਕੇਅਰ ਕਰੋ, ਘਰ ਵਿੱਚ ਕਰੋ, ਪਰ ਇਹ ਨਾ ਵੀ ਉਹਨੂੰ ਡੰਡੇ ਮਾਰ ਕੇ ਪਾਰ ਕਰ। ਬੜਾ ਮਨ ਜਿਹਨੇ ਤੁਹਾਨੂੰ ਪੈਸਾ ਕਮਾ ਕੇ ਦਿੱਤਾ, ਤੁਸੀਂ ਆਪਦੇ ਜ਼ਿੰਦਗੀ ਨੂੰ ਕਿਤੇ ਤੋਂ ਕਿਤੇ ਲੈ ਕੇ ਗਏ, ਉਹਨਾਂ ਜਾਨਵਰਾਂ ਨਾਲ ਬਾਅਦ ਵਿੱਚ ਧੱਕਾ ਧੱਕਾ। ਤੇ ਕੱਲ ਨੂੰ ਜੇ ਤੁਹਾਡੇ ਬੱਚੇ ਤੁਹਾਨੂੰ ਡੰਡੇ ਮਾਰ ਕੇ ਬਾਹਰ ਕੱਢਦੇ, ਫਿਰ ਸਵਾਲ ਉਦੋਂ ਵੀ ਨਾ ਕਰਿਓ, ਉਦੋਂ ਵੀ ਨਾ ਕਰੋ। ਸੱਚ ਹੈ ਗੱਲ, ਬਿਲਕੁਲ। ਹੁਣ ਆਪਾਂ ਕਹਿੰਦੇ ਦੇਖਦੇ ਹਾਂ ਸ਼ਹਿਰਾਂ ਦੇ ਵਿੱਚ ਬਿਰਧ ਆਸ਼ਰਮ ਕਿਉਂ ਖੁੱਲ ਰਹੇ ਨੇ। ਹੁਣ ਆਪਾਂ ਬਾਹਰ ਅੰਦਰ ਜਾਂਦੇ ਹਾਂ, ਹਾਲਾਂਕਿ ਬਹੁਤ ਲੋਕਾਂ ਨੂੰ ਘੱਟ ਪਤਾ ਕਿ ਆਉਣ ਵਾਲੇ ਟਾਈਮਾਂ ਦੇ ਵਿੱਚ ਬਿਰਧ ਆਸ਼ਰਮ ਦੀ ਕਿੰਨੀ ਡਿਮਾਂਡ ਹੋਣੀ ਹੈ। ਪੈਸੇ ਦੀ ਦੌੜ ਦੇ ਵਿੱਚ ਸਾਰਾ ਕੁਛ ਹੋ ਰਿਹਾ ਜੀ। ਠੀਕ ਹੈ ਜੀ, ਧੰਨਵਾਦ ਸਮਾਂ ਦੇਣ ਲਈ। ਬਹੁਤ ਦਿਲਚਸਪ ਗੱਲਾਂ ਕਰਕੇ ਗਏ ਨੇ ਗੁਰਦੀਪ ਸਿੰਘ ਮਾਨ ਜੀ, ਜਿੱਥੇ ਉਹਨਾਂ ਨੇ ਗੱਲ ਕੁੱਤਿਆਂ ਬਾਰੇ ਕੀਤੀ ਆ, ਇਸ ਵਪਾਰ ਬਾਰੇ ਕੀਤੀ ਆ, ਉਹਨਾਂ ਦੀ ਬਰੀਡ ਬਾਰੇ ਕੀਤੀ ਆ, ਉੱਥੇ ਇੱਕ ਸਵਾਲ ਵੀ ਖੜ੍ਹਾ ਕਰਕੇ ਗਏ ਆ ਉਹਨਾਂ ਲੋਕਾਂ ਲਈ ਜਿਹੜੇ ਲੋਕ ਕੁੱਤਿਆਂ ਦੇ ਵਪਾਰ ਦੇ ਵਿੱਚ ਝੂਠ ਦਾ ਸਹਾਰਾ ਲੈਂਦੇ ਆ, ਜਿਹੜੇ ਝੂਠ ਬੋਲ ਕੇ ਜਾਅਲੀ ਬਰੀਡਸ ਨੂੰ ਜਿਹੜਾ ਸੇਲ ਕਰ ਦਿੰਦੇ ਆ, ਉਹਨਾਂ ਦੇ ਸਵਾਲ ਵੀ ਖੜ੍ਹੇ ਕੀਤੇ ਆ। ਸਵਾਲ ਪਹਿਲਾਂ ਘੋੜਿਆਂ 'ਤੇ ਵੀ ਹੋਇਆ, ਬੜਾ ਵਿਵਾਦ ਹੋਇਆ ਉਦੋਂ ਵੀ ਗੱਲ, ਪਰ ਵਿਵਾਦ ਦੇ ਵਿੱਚ ਇੱਕ ਸਵਾਲ ਜ਼ਰੂਰ ਫਿਰ ਦੁਬਾਰਾ ਆਉਂਦਾ ਕਿ ਜਿਵੇਂ ਕਿਹਾ ਜਾਂਦਾ ਜੇ ਧੂੰਆਂ ਨਿਕਲਿਆ ਤਾਂ ਕਿਤੇ ਅੱਗ ਤਾਂ ਜ਼ਰੂਰ ਲੱਗੀ ਹੋਣੀ ਆ। ਜੇ ਸਵਾਲ ਖੜ੍ਹੇ ਹੋ ਰਹੇ ਆ ਤਾਂ ਕਿਤੇ ਕੋਈ ਨਾ ਕੋਈ ਵਜ੍ਹਾ ਤਾਂ ਹੋਣੀ ਆ। ਇਹੋ ਜਿਹੇ ਲੋਕ ਹੈਗੇ ਆ ਜਿਹੜੇ ਪੈਸੇ ਕਮਾਉਣ ਦੀ ਦੌੜ ਦੇ ਵਿੱਚ ਇਹ ਚੀਜ਼ਾਂ ਕਰਦੇ ਆ, ਬਰੀਡਿੰਗ ਵੀ ਜਿਹਦੀ ਲੋੜ ਤੋਂ ਜ਼ਿਆਦਾ ਬਰੀਡਿੰਗ ਕਰਵਾ ਕਰਵਾ ਕੇ ਬਾਅਦ 'ਚ ਜਾਨਵਰਾਂ ਨੂੰ ਘਰੋਂ ਵੀ ਕੱਢ ਦਿੰਦੇ ਆ। ਇਹ ਸੀ ਗੁਰਦੀਪ ਮਾਨ ਦੀ ਕਹਾਣੀ, ਜਿਨ੍ਹਾਂ ਨੇ ਇੱਕ ਪਿੰਡ ਦੇ ਸਧਾਰਨ ਨੌਜਵਾਨ ਤੋਂ ਪਲੱਸ ਟੂ ਪਾਸ ਕਰਨ ਤੋਂ ਬਾਅਦ ਇੰਟਰਨੈਸ਼ਨਲ ਲੈਵਲ 'ਤੇ ਜੱਜ ਬਣਨ ਦੀ ਦਾ ਸਫ਼ਰ ਜਿਹੜਾ ਤੈਅ ਕੀਤਾ ਔਰ ਜ਼ਿੰਦਗੀ ਦੇ ਵਿੱਚ ਇੰਨਾ ਨਾਮ ਕਮਾਇਆ। ਇਹਨਾਂ ਤੋਂ ਸੇਧ ਲੈਣੀ ਚਾਹੀਦੀ ਆ। ਹੁਣ ਦਿਓ ਇਜਾਜ਼ਤ, ਜਲਦ ਹੀ ਮਿਲਾਂਗੇ ਕਿਸੇ ਹੋਰ ਦਿਲਚਸਪ ਕਹਾਣੀ ਦੇ ਨਾਲ। ਜੁੜੇ ਰਹੋ ਰੇਡੀਓ ਸਪਾਈਸ ਦੇ ਨਾਲ। ਧੰਨਵਾਦ।